सत श्री अकाल, तुसी जुड़े हो सच मंच दे नाल। मैं रणजीत गिल। गिदड़बाहा हल्के की गल करिए जिमनी चोण नूं लैके गिदड़बाहा चर्चा दे विच है। पार्टियां दे वल्लों उम्मीदवार एलाने जा रहे ने ते काफ़ी इधरों उधर जिहड़ी चल रही है। तो गलबात करांगे साडे नाल गोपी भलाइयां नाल होणगे, उहनां दे नाल गलबात करांगे। होर ठीक हो बई? सत श्री अकाल बई जी, सारे भैण भरावां नूं सत श्री अकाल। जिन्हें देश विदेश संगतां बैठियां, खास करके लहिंदे पंजाब वाले, चढ़ते पंजाब वाले, NRI भरा, कनेडा, अमेरिका, आस्ट्रेलिया, न्यूजीलैंड चो, राजस्थान वाले, हरियाणे वाले वीर, सारे नूं प्यार भरी सत श्री अकाल जी। होर बई वधगा बई गल साहब, तुसीं दसो। चप्पलां च मैं लिबड़े लिबड़े फिरदा बस बई, इत्थे घर ही सीगे यार अज। अज एक तां घोड़ियां घाड़ियां तड़के नमांगा नमूंगा नाल लग गया। ओह बई दे वड्डा भरा ही अपना गुरमीत मैंबर। अच्छा, मुड़के बस हुणे नहा के वेले जे होए सीगे। इक यार मैनू ना पहले दिन याद आ, पहला बई खेत काम कुम करते रहे हैं हना ਘਰੇ। ਮੈਥੋਂ ਨਾ ਅਸਲ ਮੈਂ ਚਿੱਟੇ ਲੀੜੇ ਜੇ ਪੈਂਦੇ ਨੀ, ਮੈਥੋਂ ਬਾਲੀ ਫੂਫਾਂ ਜੀ ਨਹੀਂ ਹੁੰਦੀ ਵੀ ਚਿੱਟੇ ਲੀੜੇ ਮੈਂ ਪਾਲੇ ਫੂਫਾਂ ਨਹੀਂ ਕਰਦਾ। ਨਹੀਂ ਬਈ ਚੱਲ, ਤੂੰ ਵੀ ਆਪਣੇ ਵਾਂਗੂ ਜ਼ਿਮੀਂਦਾਰਾਂ ਦਾ ਮੁੰਡਾ ਹੀ ਆ, ਤੇਰੇ ਤਾਂ ਕਿਹੜੇ ਚਿੱਟੇ ਆ, ਚਿੱਟਿਆਂ ਵਾਲੇ ਤਾਂ ਬਾਲੇ ਵੱਡੇ ਲੀਡਰ ਥੱਲੇ ਹੁੰਦੇ ਆ। ਉਹ ਚਿੱਟੇ ਦਾ ਆਮ ਹੀ ਆ ਜਾਂਦੇ ਆ, ਉਹ ਚਿੱਟੇ ਉਹ ਹੁੰਦੇ ਆ ਥੱਲੇ ਲੰਮੇ ਚਾਕ ਜੇ ਵਾਲਾ ਕਮੀਜ਼, ਦੋ ਦੋ ਜੇਬਾਂ, ਹਾਂ, ਤੇ ਚੰਗੇ ਬਣਾਉਣੇ ਜਿਵੇਂ ਹੁਣ ਆਹ ਤੇਰੇ ਮੁਕਤਸਰ ਆ, ਕੁੜਤੇ ਪਜਾਮੇ ਵਾਲੇ ਜਾਂ ਰੋਇਲ ਫੈਬਰਿਕ ਵਾਲੇ, ਇਹ ਜੇ ਬੰਦਿਆਂ ਦੇ ਜਾ ਜਿਵੇਂ ਪੀਪਲ ਫੈਬਰਿਕ ਵਾਲਿਆ ਵੱਡੇ ਹਨਾ, ਸ਼ੋਰੂਮਾਂ ਚੋਂ ਖਰੀਦਣੇ। ਪ੍ਰਿੰਸ ਦਾ ਨਾਂ ਚੱਲਦਾ ਸੀ ਪਹਿਲਾਂ ਤਾਂ, ਪਹਿਲਾਂ ਪ੍ਰਿੰਸ ਦਾ ਚੱਲਦਾ ਸੀ, ਹੁਣ ਤਾਂ ਬਈ ਰਵੈਲ ਫੈਬਰਿਕ ਵਾਲੇ, ਕੁੜਤੇ ਪਜਾਮੇ ਵਾਲੇ, ਪੀਪਲ ਵਾਲੇ ਜਾਂ ਜਿਹੜੇ ਲਿਬਾਸ ਟੇਲਰ ਵਾਲੇ ਆ, ਹੁਣ ਤਾਂ ਚਾਰ ਪੰਜ ਬਾਲੇ ਚੱਲੇ ਆ ਇੱਥੇ ਮੁਕਤਸਰ, ਹੁਣ ਤਾਂ ਇਹਨਾਂ ਕੋਲੇ ਬੜਾ ਇਕੱਠ ਹੁੰਦਾ ਬਈ, ਸੀਜ਼ਨ ਆ ਗਿਆ ਹੁਣ ਤੱਕ ਨਾ। ਹਾਂ, ਪਰ ਊਂ ਇੱਕ ਗੱਲ ਆ ਯਾਰ, ਬੰਦੇ ਦੇ ਮੰਨ ਕੇ ਚੱਲ ਲਾ, ਇਹ ਵੀ ਸਿਰੇ ਹੀ ਦਿੰਦੇ ਆ। ਰੋਇਲ ਫੈਬਰਿਕ ਵਾਲਿਆਂ ਤੋਂ ਮੈਂ ਕੋਟ ਬਣਾ ਕੇ ਲਿਆਂਦਾ ਲੌਂਗ ਕੋਟ, ਅੱਛਾ ਸਿਰੇ ਹੀ ਲਾਈ ਪਈ ਇਹ ਗੱਲ ਯਾਰ। ਹੁਣ ਮੈਂ ਕਿਹਾ ਸੀਜ਼ਨ ਆ ਗਿਆ। ਹਾਂ, ਫਿਰ ਹੁਣ ਤਾਂ ਬਈ ਸੀਜ਼ਨ ਆ, ਹੁਣ ਤਾਂ ਸੀਜ਼ਨ ਵੀ ਡਬਲ ਆਣਾ। ਪਹਿਲਾਂ ਜਿਹੜੇ ਸਰਪੰਚ ਜਿੱਤੇ ਆ, ਹੁਣ ਪਹਿਲਾਂ ਤਾਂ ਭਾਵੇਂ ਬਈ ਜੇਬ ਜੇ ਮਰਜ਼ੀ ਕੁੜਤੇ ਪਜਾਮੇ ਪਾ ਲੈਂਦੇ ਸੀਗੇ, ਹੁਣ ਨਵੀਂ ਨਵੀਂ ਸਰਪੰਚੀ ਮਿਲੀ ਆ, ਜੇ ਮੁੰਡੇ ਨੂੰ ਨਵੀਂ ਬਹੂ ਦਾ ਚਾਅ ਹੁੰਦਾ ਫਿਰ ਸਰਪੰਚੀ ਦਾ ਕਿਰਾਂ ਦਾ ਚਾਅ ਹੁੰਦਾ ਹੀ ਆ, ਤੇ ਚੰਗੇ ਕਮੀਜ਼ ਕਮੂਜ਼ ਬਣਾਉਣਗੇ ਚੰਗੇ ਸ਼ੋਅਰੂਮਾਂ 'ਚੋਂ ਹਨਾ, ਚੰਗੇ ਲੌਂਗ ਕੋਟ ਬਣਾਉਣਗੇ, ਫਿਰ ਬਈ ਫਰਕ ਤਾਂ ਪੈਂਦਾ ਹੀ ਆ ਲੁੱਕ ਨਾਲ ਕੇ ਨਹੀਂ। ਤੇ ਕੀ ਲੱਗਦਾ ਬਈ ਐਤਕੀ ਜਿਮਣੀ ਚੋਣ ਜਿਵੇਂ ਗਿੱਦੜਵਾਲ ਜਿਮਣੀ ਚੋਣ ਬਈ ਆਏ ਆ ਜਿਮਣੀ, ਕਿਤੇ ਉਹ ਨਾ ਹੋਵੇ ਚਾਰੇ ਪ੍ਰਧਾਨ ਹੀ ਭਿੜ ਪੈਣ। ਉਹ ਕਿਵੇਂ? ਉਹ ਆਏ ਆ ਬਈ, ਹੁਣ ਡੈਂਪੀ ਢਿੱਲੋਂ ਦਾ ਕਿਹੜਾ ਇਕੱਲੇ ਦਾ ਇਲੈਕਸ਼ਨ ਆ, ਹੁਣ ਤਾਂ ਭਗਵੰਤ ਮਾਨ ਤੇ ਗੱਲ ਉੱਠ ਗਈ ਹਨਾ। ਹਾਂ, ਭਗਵੰਤ ਮਾਨ ਤੇ ਗਈ, ਭਗਵੰਤ ਮਾਨ ਤੇ ਉੱਠ ਗਈ, ਕਿਉਂਕਿ ਉਹਨਾਂ ਨੂੰ ਜਿਮਣੀ ਚੋਣ ਇਹ ਜਿੱਤਣੀ ਖਾਸ ਆ। ਹੁਣ ਰਾਜਾ ਵੀ ਪ੍ਰਧਾਨ ਆ, ਇੱਕ ਪ੍ਰਧਾਨ ਆ, ਇੱਕ ਘਰੋਂ ਗ੍ਰਹਿ ਮੰਤਰੀ ਠਾਉਣਾ, ਤੈਨੂੰ ਪਤਾ ਬੰਦੇ ਤੇ ਘਰ ਵਾਲੀ ਦਾ ਦਬਾਅ ਤਾਂ ਹੁੰਦਾ ਹੀ ਆ, ਗ੍ਰਹਿ ਮੰਤਰੀ ਦੇ ਤਾਂ ਫਿਰ ਜ਼ਿਆਦਾ ਚੱਲਣਾ ਪੈਂਦਾ ਕੰਮ। ਉਧਰੋਂ ਬਈ ਤੈਨੂੰ ਪਤਾ ਬਾਦਲ ਕਾ ਵੀ ਆਪਦਾ ਗਾੜਾ, ਸੁਖਬੀਰ ਬਾਦਲ ਵੀ ਪ੍ਰਧਾਨ ਆ ਹਨਾ, ਇੱਕ ਗਾੜਾ ਬਾਦਲ ਸਾਹਿਬ ਨੇ ਆਪਦੀ ਮੁੱਖ ਮੰਤਰੀ ਦੀ ਜਿਹੜੀ ਲਾਈਨ ਚਲਾਈ ਆ ਜਾਂ ਜਿਹੜਾ ਸਿਆਸਤ 'ਚ ਪੈਰ ਧਰਿਆ, ਉਹ ਗਿੱਦੜਵੇ ਤੇ ਧਰਿਆ। ਉਧਰੋਂ ਬਈ ਮਨਪ੍ਰੀਤ ਬਾਦਲ ਵੀ ਬਹੁਤ ਵੱਡਾ ਚਿਹਰਾ ਕਿ ਨਹੀਂ, ਅਕਸਰ ਉਹ ਵੀ ਇੱਕ ਹਿਸਾਬ ਦਾ ਪ੍ਰਧਾਨ ਹੀ ਆ ਪੰਜਾਬ ਦਾ ਭਾਜਪਾ ਦਾ, ਕਿਉਂਕਿ ਮਨਪ੍ਰੀਤ ਬਾਦਲ ਵੀ ਮਾੜੀ ਮੋਟੀ ਲੀਡਰੀ ਚ ਗੱਲ ਨੀ ਨਾ, ਮਨਪ੍ਰੀਤ ਦੀ ਵੀ ਆਲ ਇੰਡੀਆ ਚ, ਹੁਣ ਤਾਂ 15 ਸਾਲਾਂ ਬਾਅਦ ਆਇਆ ਇਧਰ ਨੂੰ ਤਾਂ ਕਿਹੜਾ ਵਜਿਆ। ਹਾਂ ਬਈ, ਫਿਰ ਉਹ ਥੋੜਾ ਜਿਹਾ ਨਾ ਉਹਦੇ ਚ ਇਹ ਗੱਲ ਹੋ ਗਈ ਬਈ, ਜਦੋਂ ਘਰ ਦੀ ਫੁੱਟ ਮਾਰ ਜਾਂਦੀ ਹੁੰਦੀ ਬੰਦੇ ਨੂੰ ਹਨਾ, ਜਦੋਂ ਇਹ ਤਾਂ ਬਈ ਜਿਹੜੀ ਫੁੱਟ ਆ ਨਾ, ਇਹ ਤਾਂ ਕਿਸੇ ਦੇ ਘਰੇ ਪੈ ਨਾ ਜਾਵੇ, ਨਾ ਗਰੀਬ ਦੇ ਪਵੇ ਨਾ ਅਮੀਰ ਦੇ, ਇਹ ਤਾਂ ਜਿਹੜੇ ਘਰਾਂ ਚ ਪੰਗਾ ਬਈ ਉਹਨਾਂ ਨੂੰ ਪਤਾ, ਦੂਜੇ ਤਾਂ ਤਾੜੀ ਮਾਰ ਕੇ ਵੇਖਣ ਵਾਲੇ ਲੋਕ ਹੁੰਦੇ ਆ। ਜਦੋਂ ਬਈ ਘਰੇ ਫੁੱਟ ਪੈਗੀ 2009 ਚ 10-14 ਅੱਡ ਹੋ ਗਏ ਦੋਨੇ ਭਰਾ ਹਨਾ, ਉਹ ਚੀਜ਼ ਦਾ ਬਈ ਕੱਲਾ ਮੰਨ ਕੇ ਚੱਲ ਉਹਨਾਂ ਨੂੰ ਨੀ ਗੱਲ ਭੁਗਤਣੀ ਪਈ, ਉਹ ਚੀਜ਼ ਦਾ ਗਿੱਦੜਵੇ ਹਲਕੇ ਨੂੰ ਵੀ ਖਮਿਆਜ਼ਾ ਭੁਗਤਣਾ ਪਿਆ, ਬਹੁਤ ਨੁਕਸਾਨ ਹੋਇਆ, ਕਿਉਂਕਿ ਸਰਕਾਰ ਰਹੀ 2017 ਤੱਕ, MLA ਕਾਂਗਰਸ ਦਾ ਸੀਗਾ, ਸਰਕਾਰ ਅਕਾਲੀਆਂ ਦੀ ਸੀ, ਹਲਕੇ ਦੇ ਵਿਕਾਸ ਨਹੀਂ ਹੋਏ ਉਹਨੇ ਜਿੰਨੇ ਚਾਹੀਦੇ ਸੀ। ਜਦੋਂ ਬਈ ਮਨਪ੍ਰੀਤ ਬਾਦਲ ਸੀਗਾ ਆਪਣੇ, ਉਦੋਂ ਮਨਪ੍ਰੀਤ ਬਾਦਲ ਨੇ ਇਕੱਲੇ ਇਕੱਲੇ ਘਰ ਦਾ ਮੁਲਾਜ਼ਮ ਲਾਇਆ, ਹੁਣ ਤੂੰ ਪੁੱਛੇਗਾ ਵੀ ਇਕੱਲੇ ਇਕੱਲੇ ਘਰੇ ਨੌਕਰੀ ਤਾਂ ਹੈ ਨਹੀਂ, ਉਹ ਕਿਵੇਂ ਦੱਸ? ਉਹ ਤੈਨੂੰ ਬਈ ਮੈਂ ਦੱਸਦਾ, ਇਕੱਲੇ ਇਕੱਲੇ ਘਰ ਦਾ ਮੁਲਾਜ਼ਮ ਬਈ ਐਂ ਲੱਗਿਆ ਜਿਹਦੇ ਇੱਕ ਮੋਟਰ ਲੱਗੀ ਆ ਵਾਹਨ 'ਚ ਉਹਦੇ ਇੱਕ ਮੁਲਾਜ਼ਮ ਆ, ਜਿਹਦੇ 2 ਲੱਗੀਆਂ ਉਹਦੇ 2 ਮੁਲਾਜ਼ਮ ਆ, ਜਿਹਦੇ 3 ਲੱਗੀਆਂ ਮੋਟਰਾਂ ਉਹਦੇ 3 ਮੁਲਾਜ਼ਮ ਆ, ਗੁਣ ਹੁੰਦਾ ਹੁੰਦਾ ਬਈ ਇੱਕ ਦਿਨ, ਲੋਕ ਭਾਲਦੇ ਅੱਜ ਕੱਲ੍ਹ ਨਿੱਤ ਗੁਣ। ਆ ਜਿਹੜੀ ਉਂਗਲ ਆ ਨਾ, ਇਹ 'ਤੇ ਜਿੰਨਾ ਚਿਰ ਸਹਿਤ ਲੱਗਿਆ ਉਨਾ ਚਿਰ ਇਹਨੂੰ ਲੋਕ ਚੂਸਦੇ ਆ, ਜਦੋਂ ਇਹਦੇ ਤੋਂ ਸਹਿਤ ਮੁੱਕ ਗਿਆ ਉਦੋਂ ਦੰਦੀ ਵੱਢਦੇ ਆ, ਇਹ ਗੱਲ ਮੈਂ ਤਾਂ ਵੇਖ ਲਈ। ਹੁਣ ਤਾਂ ਇਹ ਆ ਵੀ ਜੇ ਬੰਦਾ ਇਹ ਨਹੀਂ ਪਤਾ ਲੱਗਦਾ ਵੀ ਹੁਣ ਤੇਰੇ ਨਾਲ ਘੰਟੇ 'ਚ ਮੁੱਕਰ ਜਾਂਦੇ ਆ, ਮੁੱਕਰ ਜਾਂਦਾ ਪਤਾ ਨਹੀਂ ਲੱਗਦਾ ਬਈ। ਗੱਲ ਸੁਣ ਮੇਰੀ, ਮਨਪ੍ਰੀਤ ਬਾਦਲ ਨੇ ਜਦੋਂ 2007 'ਚ ਸਰਕਾਰ ਬਣੀ ਅਕਾਲੀਆਂ ਦੀ, ਉਦੋਂ 3 ਕੁ ਮਹੀਨੇ ਬਾਅਦ ਹੀ ਬਾਦਲ ਸਾਹਿਬ ਨੇ ਵੱਡੇ ਨੇ ਜਦੋਂ ਮੀਟਿੰਗ ਬੁਲਾਈ, ਇਕੱਲਾ ਲੰਮੀ ਹਲਕਾ ਆਉਂਦਾ ਸੀ ਸੇਮ 'ਚ ਆਪਣੇ ਗਿੱਦੜਵੇ ਦੇ, ਤਾਂ ਪਿੰਡ ਹੀ ਬਈ ਆਹੀ ਸੀਗੇ ਨਾ, ਜਿਵੇਂ ਤੇਰਾ ਪਿੰਡ, ਮਣੀਵਾਲਾ, ਹਾਂ ਮਣੀਵਾਲਾ ਇਹੀ ਪਿੰਡ ਸੀ,
ਮਨਪ੍ਰੀਤ ਬਾਦਲ ਨੇ ਬਈ ਕੱਲੇ ਉਹ ਪਿੰਡ ਨਹੀਂ ਸਾਰੇ ਜਿੰਨੇ ਕਿ ਦੜਵੇ ਹਲਕੇ ਦੇ ਹੁਣ ਚੋਟੀਆਂ ਕਿੱਥੇ ਸੇਮ ਆ ਸਾਹਿਬ ਚੰਦ ਕਿੱਥੇ ਆ ਸਾਡੇ ਭਲਾਈਆਂ ਨੇ ਕਿੱਥੇ ਆ ਛੱਤਿਆਂ ਨੇ ਸੇਮ ਆ ਜਾਂ ਇੱਧਰ ਕੋਟਲੀ ਅਮਲੂ ਸੇਮ ਆ ਹਾਂ ਸਾਰੇ ਸੇਮ ਚ ਬਣਾ ਦਿੱਤੇ ਸਾਰੇ ਸੇਮ ਚ ਬਈ ਇਹ ਪਾ ਕੇ ਰਕਬਾ ਕਿਉਂ ਉਹ ਹਲਕਾ ਹੀ ਕੱਢਤਾ ਸਾਰਾ ਸੇਮ ਚ ਗਿੱਦੜਵਾ ਤੇ ਲੰਮੀ ਕੱਲੇ ਕੱਲੇ ਘਰ ਦੇ ਬਈ ਮੋਟਰਾਂ ਲਵਾਂਗਾ ਫਿਰ ਤੂੰ ਮੇਰੀ ਗੱਲ ਸੁਣ ਜਿਹੜੀਆਂ ਮੋਟਰਾਂ ਸੀਗੀਆਂ ਬਈ ਮੋਟਰਾਂ ਪਹਿਲਾਂ ਤਾਂ ਲੱਗੀਆਂ ਤਾਰਾਂ ਦੇ ਹਿਸਾਬ ਨਾਲ ਬਈ ਜਿੰਨੀ ਤੇਰੇ ਤਾਰ ਜਾਂ ਖੰਭੇ ਪੈਣਗੇ ਮੁੜ ਕੇ ਉਹਦੇ ਚ ਕੀ ਹੋਇਆ ਬਈ ਉਹਦੇ ਚ ਕੰਗਾਂ ਦੇ ਨਾਲ ਲੈਣਾ ਬਾਹਲੀਆਂ ਲੰਮੀਆਂ ਸੀਗੀਆਂ ਕਿਉਂ ਉਦੋਂ ਕਿਹੜਾ ਆਪਣੇ ਬਈ ਮੋਟਰਾਂ ਹੁੰਦੀਆਂ ਸੀਗੀਆਂ ਤੇ ਉਹ ਬਈ ਜਿਹਦੇ ਹੁਣ ਸੀਗੇ ਦਸ ਦਸ ਖੰਭੇ ਪੈਂਦੇ ਉਹਦਾ ਤਿੰਨ ਤਿੰਨ ਸਾਢੇ ਤਿੰਨ ਤਿੰਨ ਲੱਖ ਰੁਪਇਆ ਜਦੋਂ ਖਰਚਾ ਆਇਆ ਉਹ ਇੱਕ ਮੋਟਰ ਨੇ ਧੁੱਕੀ ਕਢਾਤੀ ਉਦੋਂ ਬਈ ਆਪਣੇ ਹਲਕੇ ਚ ਇੰਨਾ ਪੈਸਾ ਹੈ ਨੀ ਸੀ ਹੁਣ ਤਾਂ ਲੋਕ ਟੁੱਕ ਨੂੰ ਕੁੱਕ ਕਹਿੰਦੇ ਆ ਹੁਣ ਤਾਂ ਫਰਕ ਬਹੁਤ ਪੈ ਗਿਆ ਫਿਰ ਬਈ ਇਹਨਾਂ ਨੇ ਮੀਟਿੰਗ ਫੇਰ ਬੁਲਾਈ ਵੱਡੇ ਬਾਦਲ ਸਾਹਿਬ ਨੇ ਮੈਨੂੰ ਤਾਂ ਇਹ ਸਾਰੀਆਂ ਗੱਲਾਂ ਦਾ ਪਤਾ ਕਿਉਂਕਿ ਮੈਂ ਇਹ ਕੰਮ ਚੱਜਦਾ ਨੀ ਮੈਨੂੰ ਸਿਆਸਤ ਦਾ ਤਾਂ ਪਹਿਲੇ ਦਿਨ ਹੋਈ ਆ ਮੈਂ ਗੌਰ ਰੱਖਦਾ ਹਾਂ ਬਈ ਆਪਾਂ ਊ ਗੌਰ ਰੱਖਦੇ ਹਾਂ ਵੀ ਕਿਹੜਾ ਬੰਦਾ ਕਿਵੇਂ ਆ ਕਿਹੜਾ ਕਿਵੇਂ ਆ ਗੱਲ ਤਾਂ ਮੈਨੂੰ ਹਰੇਕ ਬੰਦੇ ਦੀ ਪਤਾ ਹੁੰਦੀ ਆ ਬਰੀਕੀਆਂ ਤਾਂ ਮੈਂ ਸਾਰੀਆਂ ਜਾਣਦਾ ਮੁੜ ਕੇ ਬਈ ਇਹਨਾਂ ਨੇ ਫਿਰ ਜਦੋਂ ਮੀਟਿੰਗ ਕਰੀ ਫਿਰ ਬਾਦਲ ਸਾਹਿਬ ਕਹਿੰਦਾ ਯਾਰ ਤੁਸੀਂ ਯੱਬ ਨਮੇੜੋ ਯਾਰ ਕਹਿੰਦਾ 18,000 ਰੁਪਇਆ ਭਰਾਓ ਕਹਿੰਦਾ ਮੋਟਰ ਲਵਾ ਦਿਓ ਭਾਵੇਂ ਤਾਂ ਕਿਤੇ 20 ਖੰਭੇ ਪੈਂਦੇ ਆ ਅੱਜ ਦੀ ਘੜੀ ਬਈ 18,000 ਰੁਪਏ ਦੀ ਬੱਕਰੀ ਨੀ ਆਉਂਦੀ ਚੰਗੀ ਤੇ ਲੋਕਾਂ ਤੋਂ ਉਦੋਂ ਮੋਟਰਾਂ ਲਵਾਂਗਾ ਨੀ ਗਾ ਜੇ ਮਨਪ੍ਰੀਤ ਬਾਦਲ ਨੇ ਵੱਡੇ ਬਾਦਲ ਸਾਹਿਬ ਨੇ ਮੋਟਰਾਂ ਲਾਂਗਾ ਆਪਣੇ ਹਲਕਿਆਂ ਚ ਆਪਾਂ ਬਈ ਰੋਟੀ ਖਾਣ ਵਾਲੇ ਹੋ ਗਏ ਅੱਜ ਆਪਣੇ ਠੇਕਾ ਲੱਖ ਲੱਖ ਰੁਪਏ ਨੂੰ ਪਹੁੰਚ ਗਿਆ ਜੇ ਬਈ ਆਪਣੇ ਮੋਟਰਾਂ ਨਾ ਲੱਗਦੀਆਂ ਨਰਮੇ ਤਾਂ ਹੁਣ ਹਟ ਗਏ ਆਪਾਂ ਬਈ ਸਾਰੇ ਪਿੰਡਾਂ ਨੇ ਰਿਫਾਇਨਰੀ ਚ ਦਿਹਾੜੀ ਜਾਇਆ ਕਰਨਾ ਸੀ ਰਿਫਾਇਨਰੀ ਵਾਲੇ ਕਿੱਥੋਂ ਰੱਖ ਲੈਂਦੇ ਨੇ ਯਾਰ ਆਪੇ ਉੱਥੇ ਭੁੱਖੇ ਮਰਦੇ ਜਾਂਦੇ ਜੇ ਉੱਥੇ ਨਾ ਜਾਂਦੇ ਤਾਂ ਬਠਿੰਡੇ ਆਪਾਂ ਕਿਤੇ ਰੇਹ ਦੀ ਆ ਸਪੈਸ਼ਲ ਲੱਗੀ ਲਈ ਜਾਇਆ ਕਰਨੀ ਸੀ ਆ ਵੱਡੇ ਜਿਹੜੇ ਡਿੱਕ ਡੁੱਕ ਜੇ ਲਵਾਏ ਨਾ ਜਿਹੜੀਆਂ ਫਾਈਬਰ ਦੀਆਂ ਛਤਰੀਆਂ ਲਵਾਂਗੀਆਂ ਤਾਂ ਭੁੱਲ ਜਾ ਆ ਜਾ ਜਿਹੜੀਆਂ ਤਿੰਨ ਤਿੰਨ ਮੰਜ਼ਲੀਆਂ ਆਪਾਂ ਕੋਠੀਆਂ ਪਾਈਆਂ ਇਹ ਵੀ ਭੁੱਲ ਜਾ ਇਹ ਸਾਰਾ ਮਨਪ੍ਰੀਤ ਦਾ ਤੇ ਵੱਡੇ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਆ ਤੇ ਜਦੋਂ ਬਈ ਬਾਦਲ ਸਾਹਿਬ ਮਨਪ੍ਰੀਤ ਆਪਣਾ ਛੱਡ ਗਿਆ ਹਲਕਾ ਉਦੋਂ ਬਾਅਦ ਤੂੰ ਕੋਈ ਬੰਦਾ ਆਖਦੇ ਇੱਕ ਮੋਟਰ ਲੱਗੀ ਵਿਖਾ ਦੇ ਉਦੋਂ ਬਾਅਦ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਮਾਨ ਸੰਭਾਲ ਲਈ ਸੀ ਉਹ ਤਾਂ ਯਾਰ ਬਈ ਐਮਐਲਏ ਬਣਿਆ ਸੀ ਨਾ ਸਰਕਾਰ ਤਾਂ ਮੰਨ ਕੇ ਚੱਲ 12 ਚ ਬਾਦਲ ਸਾਹਿਬ ਦੀ ਫੇਰ ਬਣ ਗਈ ਸੀ ਉਦੋਂ ਬਾਅਦ ਤਾਂ ਬਾਈ ਡੈਂਪੀ ਢਿੱਲੋਂ ਕੋਲੇ ਮੰਨ ਕੇ ਚੱਲ ਕਮਾਨ ਰਹੀ ਉਹਨਾਂ ਕੋਲ ਬਈ ਹਾਂ ਬਿਨਾ ਵੋਟਾਂ ਪੰਗਾਂ ਤੋਂ ਐਮਐਲਏ ਜਿੰਨੀ ਪਾਵਰ ਸੀਗੀ ਡੈਂਪੀ ਢਿੱਲੋਂ ਕੋਲੇ ਉਦੋਂ ਨੂੰ ਆਪਣੇ ਤਕਰੀਬਨ ਸਾਰੇ ਲੱਗ ਗਈਆਂ ਸੀ ਮੋਟਰਾਂ ਹਾਂ ਇੰਨੀ ਗੱਲ ਆ ਵੀ ਡੈਂਪੀ ਢਿੱਲੋਂ ਨੇ ਉਦੋਂ ਬਾਅਦ ਇਹ ਕੰਮ ਕੀਤਾ ਬਈ ਕੱਲੀ ਕੱਲੀ ਢਾਣੀ ਨੂੰ ਯਾਰ ਭਾਵੇਂ ਕਿਸੇ ਦੀ 10 ਕਰਮਾ ਸੀ ਤੇ ਭਾਵੇਂ ਕਿਸੇ ਦੀ 50 ਕਿੱਲੇ ਸੀਗੀ ਲੰਮੀ ਪਈ ਕੱਲਾ ਕੱਲਾ 58 ਚਨਾਤਾ ਸੀ ਉਹ ਡੈਂਪੀ ਢਿੱਲੋਂ ਨੇ ਕਰਿਆ ਕੰਮ ਡੈਂਪੀ ਨੇ ਬਈ ਕਰਿਆ ਯਾਰ ਮੈਂ ਤੈਨੂੰ ਦੱਸਦਾ ਵੀ ਡੈਂਪੀ ਢਿੱਲੋਂ ਆਪਾਂ ਤਾਂ ਬਈ ਆਪਾਂ ਤਾਂ ਸਿਆਸਤ ਚ ਆਉਣਾ ਨਹੀਂ ਹਨਾ ਆਪਾਂ ਤਾਂ ਕਿਸੇ ਬਈ ਆਪਾਂ ਤਾਂ ਸਾਰੇ ਇੱਕੋ ਜਿਹੇ ਆ ਵੀ ਪਰ ਮੈਂ ਤੈਨੂੰ ਇੰਨੀ ਗੱਲ ਦੱਸਦਾ ਵੀ ਉਦੋਂ ਅਸੀਂ ਮਨਪ੍ਰੀਤ ਬਾਦਲ ਕੰਨੀ ਸੀਗੇ ਪੀਪਲ ਪਾਰਟੀ ਚ ਪੀਪਲ ਪਾਰਟੀ ਵਿੱਚ ਤੇ ਡੈਂਪੀ ਢਿੱਲੋਂ ਨੇ ਬਈ ਸਾਡੇ ਬਾਰ ਚ ਵੀ 58 ਚਨਾਤਾ ਕਹਿੰਦਾ ਯਾਰ ਪਾਰਟੀ ਕਿਸੇ ਚ ਹੋਣਾ ਦਾ ਹਾਏ ਤਾਂ ਅੱਗੇ ਦੜਵੇ ਹਲਕੇ ਦੇ ਨਾ ਦੇਖਿਆ ਨੀ ਕੁਛ ਵੀ ਕੁਛ ਨੀ ਵੇਖਿਆ ਬਈ ਉਹ ਵਿੱਚ ਨਿਆ ਪਿਆ ਉਦੋਂ ਬਾਅਦ ਬਈ ਜਦੋਂ ਫਿਰ ਮਨਪ੍ਰੀਤ ਬਾਦਲ ਇੱਧਰ ਆ ਗਿਆ ਕਾਂਗਰਸ ਚ ਤੇ ਫਿਰ ਅਸੀਂ ਰਾਜੇ ਵੜਿੰਗ ਨੂੰ ਵੋਟਾਂ ਪਾਈਆਂ ਆ ਤੇਰੇ ਕੈਮਰੇ ਸਾਹਮਣੇ ਸੱਚੀ ਦੱਸਦਾ ਬਈ ਆਪਾਂ ਕਦੇ ਗੱਪ ਨੀ ਮਾਰਿਆ ਨਾ ਹੀ ਮੈਂ ਹਨਾ ਗੱਪ ਮਾਰੀ ਜਾਵਾਂ ਕੀ ਫਾਇਦਾ ਵੀ ਹਾਂ ਅੱਜ ਲਿਆ ਗੋਡਾ ਡੈਂਪੀ ਨਾਲ ਵੀ ਗੋਡਾ ਪੂਰੀ ਵੱਡੇ ਬਾਦਲ ਸੁਖਵੀਰ ਬਾਦਲ ਨਾਲ ਵੀ ਆ ਰਾਜਾ ਵਿੜਗ ਨਾਲ ਵੀ ਆ ਸਾਰਿਆਂ ਨਾਲ ਆਪਾਂ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿਉਂ ਆਪਾਂ ਤਾਂ ਬਈ ਮੰਨ ਕੇ ਚੱਲ ਸਾਰੇ ਇੱਕੋ ਜਿਹੇ ਆਪਾਂ ਕਿਹੜਾ ਸਿਆਸਤ ਚ ਆਉਣਾ ਮੈਂ ਤਾਂ ਇੱਥੋਂ ਤੱਕ ਵੀ ਕਿਸੇ ਪਾਰਟੀ ਦੀ ਟਿਕਟ ਦੀ ਆਫਰ ਆ ਗਈ ਸੀਗੀ ਕਹਿੰਦੇ ਕਿ ਆਫਰ ਆ ਗਈ ਸੀ ਦੜਵੇ ਤੋਂ ਇਲੈਕਸ਼ਨ ਲੜ ਲਾ ਮੈਂ ਕਿਹਾ ਨਹੀਂ ਆਪਾਂ ਇਹ ਕੰਮ ਚ ਹੀ ਨਹੀਂ ਆਉਣਾ ਕਿੰਨੇ ਕਰੋੜ ਦੀ ਆ ਗਈ ਸੀ ਫਿਰ ਕਰੋੜ ਤਾਂ ਬਈ ਫਿਰ ਤੈਨੂੰ ਪਤਾ ਹੀ ਆ ਕਿੰਨੇ ਲੱਗਦੇ ਹੁੰਦੇ ਆ ਕਿ ਨਹੀਂ ਪਾਰਟੀਆਂ ਫੰਡ ਹੀ ਵਾਧੂ ਆਉਂਦਾ ਹੁੰਦਾ ਪਰ ਆਪਾਂ ਤਾਂ ਬਈ ਇਹ ਕੰਮ ਚ ਆਉਣਾ ਨਹੀਂ ਉਦੋਂ ਬਾਅਦ ਬਈ ਅਸੀਂ ਮੁੜ ਕੇ ਫਿਰ 2017 ਚ ਮੰਨ ਕੇ ਚੱਲ ਇੰਨੀ ਰਾਜੇ ਵਿੜਗ ਦੀ ਮਦਦ ਕਰੀ ਨਾ ਯਾਰ ਰਾਤ ਨੂੰ ਅਸੀਂ ਭਾਵੇਂ ਤੁਸੀਂ ਪਿੰਡ ਚੋਂ ਪੁੱਛ ਲਿਓ ਮੇਰਾ ਤਾਇਆ ਸੇਵ ਕਲੰਬਰ ਦਾ ਰਾਜੇ ਵਿੜਗ ਨੇ ਸਾਡੇ ਪਿੰਡ ਪਹਿਲੋ ਪਹਿਲ ਉਹਦੇ ਘਰੇ ਐਂਟਰੀ ਕਰੀ ਸੀਗੀ ਸੇਵਕ ਦੇ ਘਰੇ ਗੁਰਸੇਵ ਕਲੰਬਰਦਾਰ ਮੇਰਾ ਤਾਇਆ ਜਮਾਂ ਸਕਾ ਹੀ ਸਮਝ ਸਾਡੇ ਘਰਾਂ ਚੋਂ ਆ ਤੇ ਉਹ ਬੰਦਾ ਅੱਜ ਵੀ ਉੱਥੇ ਦਾ ਉੱਥੇ ਹੀ ਹੈ ਗੁਰਸੇਵਕ ਹੈ ਹਾਂ ਆਮ ਹੀ ਆ ਨੋਰਮਲੀ ਆ ਉਹਨੂੰ ਸਿਆਸਤ ਚ ਮੂਹਰੇ ਆਉਣ ਦਾ ਮੌਕਾ ਹੀ ਨਹੀਂ ਦਿੱਤਾ ਨਹੀਂ ਰਾਜਾ ਵੜਿੰਗ ਤਾਂ ਇਹਦੇ ਬਹੁਤ ਜਣੇ ਨੂੰ ਅੱਗੇ ਲਿਆ ਨਹੀਂ ਬਈ ਉਹ ਤਾਂ ਨਹੀਂ ਆਇਆ ਸਾਡਾ ਬੰਦਾ ਤਾਂ ਆਇਆ ਨਹੀਂ ਮੈਂ ਤੁਹਾਨੂੰ ਦੱਸੀ ਜਾਂਦਾ ਵੀ 2017 ਚ ਮੇਰੇ ਪਿਓ ਨੇ ਮੈਂ ਸਾਡੇ ਜਿਹੜੇ ਵਾਰਡ ਦੇ ਹੋਰ ਸੀਗੇ ਮੁੰਡੇ ਜਾਂ ਜਿਹੜੇ ਹੋਰ ਮੰਨ ਕੇ ਚੱਲ ਕੋਈ ਸੀਗੇ ਕਾਂਗਰਸ ਦੇ ਸਮਰਥਕ ਬੰਦੇ ਅਸੀਂ ਬਈ ਰਾਤ ਨੂੰ ਗੱਟੇ ਫੇਰ ਇੱਕ ਤੂੰ ਹੋਰ ਵੇਖ ਕੱਲੇ ਬੰਦੇ ਨੀ ਕੁੜੀਆਂ ਦਾ ਵੇਖ ਕਿੰਨਾ ਸੰਯੋਗ ਸੀ ਉਦੋਂ ਲਹਿਰ ਚੱਲੀ ਸੀ ਰਾਜੇ ਵਿੜਗ ਦੀ ਅੱਛਾ ਪਹਿਲਾਂ ਪਹਿਲਾਂ ਜਦੋਂ ਹਾਂ 2017 ਚ ਉਦੋਂ ਇਹ ਕਹਿੰਦਾ ਵੀ ਮੇਰੇ ਨਾਲ ਧੱਕਾ ਹੋਊਗਾ ਅਕਾਲੀ ਦਲ ਵਾਲੇ ਕਹਿੰਦਾ ਇਹਨਾਂ ਦੀ ਸਰਕਾਰ ਹੈ ਧੱਕਾ ਕਰਨਗੇ ਪੈਸੇ ਵੰਡਣਗੇ
ਤੁਸੀਂ ਕਹਿੰਦਾ ਪਿੰਡਾਂ 'ਚ ਪੈਸੇ ਨਹੀਂ ਵੰਡਣ ਦੇ ਨੇ ਆਪਾਂ ਇਲੈਕਸ਼ਨ ਜਿੱਤਣਾ ਹਰ ਹਾਲ ਵੀ ਕਹਿੰਦਾ 12 'ਚ ਤਾਂ ਮੇਰਾ ਫੋਨ ਨਹੀਂ ਪਿਆ ਮੈਂ ਕੁਛ ਕਰਾ ਨਹੀਂ ਸਕਿਆ ਤੁਹਾਡਾ ਮੈਂ 17 'ਚ ਕਹਿੰਦਾ ਤੁਹਾਡੇ ਕੰਮ ਕਰਾ ਕੇ ਦਿਉ ਸਾਨੂੰ ਬਈ ਜਿਹੜੀਆਂ ਬੁੜੀਆਂ ਨਹੀਂ ਸੀਗੀਆਂ ਸਾਡੇ ਵਾਰਡ ਦੀਆਂ 6 ਨੰਬਰ ਦੀਆਂ ਇੱਥੇ ਸਾਡੇ ਆਹ ਮਗਰ ਜਿਹੜੇ ਆ ਘਰ ਆ ਮਗਰਲੇ ਘਰ ਇੱਥੇ ਬਈ ਆ ਘੀਰੇ ਤੈਨੂੰ ਦਿਸੀ ਜਾਂਦੇ ਇਧਰੋਂ ਸਾਹਮਣੇ ਸਾਨੂੰ ਬੁੜੀਆਂ ਨੇ ਇੰਨੀ ਖੁੱਲ ਦਿੱਤੀ ਸੀਗੀ ਵੀ ਕਿਸੇ ਦਾ ਘੀਰਾ ਲੈ ਜਾਓ ਸਾਰਾ ਪੱਟ ਕੇ ਪਾਥੀ ਮਾਰਨੀ ਪਈ ਤਾਂ ਨਾ ਨਾ ਬਈ ਤੜਕੇ ਤੁਹਾਨੂੰ ਕੋਈ ਬੁਲਾਉਂਦਾ ਨਹੀਂ ਸਾਰੀ ਰਾਤ ਧੂਈ ਪਾ ਕੇ ਤੇ ਤੁਸੀਂ ਨਿਗਾਹ ਰੱਖਿਆ ਕਰੋ ਸਾਰੇ ਨੇੜੇ ਨੇੜੇ ਵਾਰ ਦੋ ਵਾਰਡਾਂ 'ਚ ਉਦੋਂ ਧੂਈਆਂ ਪਾ ਕੇ ਨਿਗਾਹ ਰੱਖਦੇ ਹਾਂ ਅਸੀਂ ਪਤਾ ਕੀ ਕਰਨਾ ਅਸੀਂ ਸਾਰੀ ਰਾਤ ਬਈ ਧੂਈ ਲੰਬ ਕੱਢੀ ਤੁਰੀ ਆਉਣੀ ਤੇ ਸਾਨੂੰ ਪਾਥੀਆਂ 'ਚ ਤਾਂ ਖੁੱਲ ਮਿਲੀ ਸੀਗੀ ਬੁੜੀਆਂ ਨੂੰ ਵੀ ਜੋਸ਼ ਆਏ ਸੀ ਵੀ ਰਾਜਾ ਜਿੱਤ ਜੇ ਅਸੀਂ ਕੀ ਕਰਨਾ ਬਈ ਦੋ ਕੱਟੇ ਤਿੰਨ ਭਰ ਲਿਆਉਣੇ ਪਾਥੀਆਂ ਦੇ ਕੋ ਟੋਕਰੇ ਨਾਲ ਢੋ ਲੈਣੀਆਂ ਸਾਡੇ ਇੱਥੇ ਆ ਰਾ ਛੱਪੜ ਤੇ ਅੱਛਾ ਅਸੀਂ ਉੱਥੇ ਪਾ ਲੈਣੀ ਬਈ ਤਗੜੀ ਧੂਈ 12-1 ਵਜੇ ਤੱਕ ਤਾਂ ਗੱਲਾਂ ਕਰੀ ਜਾਣੀਆਂ ਸਿਆਲ ਦੀਆਂ ਰਾਤਾਂ ਵੱਡੀਆਂ ਹੁੰਦੀਆਂ ਉਦੋਂ ਬਾਅਦ ਬਈ ਇੱਕ ਜਾਣੇ ਨੇ ਜਾਗਦੇ ਰਹਿਣਾ ਦੂਜਿਆਂ ਨੇ ਪੈ ਜਾਣਾ ਸਾਡੇ ਕੋਲੇ ਮੰਜੇ ਹੁੰਦੇ ਸੀ ਉੱਥੇ ਘਰਾਂ ਵਾਲੇ ਵਾਧੂ ਦੇ ਦਿੰਦੇ ਸੀ ਮੰਜੇ ਤੇ ਅਸੀਂ ਲੰਬ ਕੱਢੀ ਹੋਣੀ ਧੂਈ ਦੀ ਤੜਕੇ 5 ਵਜੇ ਤੱਕ ਜਦੋਂ 5 ਵਜੇ ਸਿੱਖ ਨੇ ਬੋਲ ਪੈਣਾ ਗੁਰਦੁਆਰੇ 'ਚ ਤੇ ਉਦੋਂ ਬਈ ਅਸੀਂ ਫਿਰ ਆਖ ਦੇਣਾ ਵੀ ਹੁਣ ਤਾਂ ਚੱਲ ਕੀ ਹੁੰਦਾ ਹਨਾ ਉਦੋਂ ਨੂੰ ਜਿਹੜੇ ਰਾਤ ਵਾਲੇ ਸੁੱਤੇ ਬੰਦੇ ਦੇ ਉਹ ਅਸੀਂ ਬਈ 10 ਦਿਨ ਇਹੋ ਜਿਹੀ ਨਿਗਾਹ ਰੱਖੀ ਨਾਲੇ ਉਦੋਂ ਪੂਰਾ ਡਰ ਸੀਗਾ ਪਹਿਰਾ ਲਾਉਂਦੇ ਸੀ ਰਾਤ ਨੂੰ ਪੂਰਾ ਉਦੋਂ ਅਕਾਲੀ ਦਲ ਦਾ ਪੂਰਾ ਡਰ ਸੀਗਾ ਕਿਉਂ ਉਦੋਂ ਬਈ ਅਗਲਿਆਂ ਦਾ ਰਾਜ ਸੀਗਾ ਕੁਝ ਵੀ ਕਰ ਸਕਦੇ ਸੀਗੇ ਪਰ ਉਹ ਤਾਂ ਕੋਰਟ ਲੱਗਿਆ ਹੁੰਦਾ ਤੇ ਪਰ ਬਈ ਉਵੇਂ ਸਵਾਦ ਨਹੀਂ ਆਇਆ ਜਿਵੇਂ ਵੋਟਾਂ 'ਚ ਨਹੀਂ ਬਈ ਕੰਮ ਨਹੀਂ ਹੋਇਆ ਆਪਣਾ ਤਾਂ ਹੋਇਆ ਨਹੀਂ ਹੋਰ ਕਿਸੇ ਦਾ ਹੋ ਗਿਆ ਹੋਵੇ ਲੱਗ ਕਿਹੜਾ ਕੰਮ ਰਹਿ ਗਿਆ ਫਿਰ ਸਾਨੂੰ ਤਾਂ ਯਾਰ ਕਿਸੇ ਨੇ ਬਾਰ 'ਚ ਬੈਠਣ ਵਾਲਾ ਬੈਂਚ ਨਹੀਂ ਦਿੱਤਾ ਬੈਂਚ ਇਕੱਲਾ ਬੈਂਚ ਹੀ ਦਿੱਤਾ ਟੂਟੀ ਸਾਡੇ ਨਹੀਂ ਲਾਈ ਟੂਟੀ ਤਾਂ ਪੰਚਾਇਤ ਨੇ ਲਵਾਉਣੀ ਸੀ ਲਾਈ ਨਹੀਂ ਬਈ ਪੰਚਾਇਤ ਵੀ ਕਾਂਗਰਸ ਦਾ ਸਰਪੰਚ ਸੀ ਅੱਛਾ ਨਾ ਸਾਡੇ ਟੂਟੀ ਲੱਗੀ ਆ ਬਈ ਵਾਟਰ ਬਾਕਸ ਦਾ ਪਾਣੀ ਨਹੀਂ ਆਉਂਦਾ ਬਈ ਤੇਰੇ ਤਾਂ ਨਾਲ ਤਾਂ ਗਵਾਂਢ ਤਾਂ ਬਈ ਜੇ ਕੋਈ ਲਿਆਊ ਤਾਂ ਪਾਈਪਾਂ ਪਾ ਕੇ ਫੇਰ ਹੀ ਆ ਨਾਲੇ ਅਸੀਂ ਦੋਨੇ ਘਰ ਜਿਹੜੇ ਢਾਣੀ 'ਚ ਬੈਠੇ ਦੋਨੇ ਕਾਂਗਰਸੀ ਸੀ ਫੇਰ ਵੀ ਨਹੀਂ ਲੱਗੇ ਹਾਂ ਅਸੀਂ ਵੀ ਵੋਟਾਂ ਕਾਂਗਰਸ ਨੂੰ ਪਾਈਆਂ ਈ ਰਾਜੇ ਵਿੜਗ ਨੂੰ ਆ ਜਿਹੜੇ ਸਾਡੇ ਨਾਲ ਬੈਠੇ ਸੋਥੇ ਵਾਲੇ ਇਹਨਾਂ ਨੇ ਵੀ ਕਾਂਗਰਸ ਨੂੰ ਪਾਈਆਂ ਈ ਇਹਨਾਂ ਦੇ ਘਰੇ ਤਾਂ ਬਈ ਰਾਜੇ ਦਾ ਮਾਮਾ ਆ ਪਾਉਂਦਾ ਹਰਚਰਨ ਅੱਛਾ ਟੂਟੀ ਇਹਨਾਂ ਦੇ ਵੀ ਨਹੀਂ ਲੱਗੀ ਸਾਡੇ ਵੀ ਨਹੀਂ ਲੱਗੀ ਦੋਵੇਂ ਰਹਿ ਗਏ ਨਾ ਸਾਨੂੰ ਸੋਲਰ ਵਾਲੀਆਂ ਜਿਹੜੀਆਂ ਉਹ ਲਾਈਟਾਂ ਨਹੀਂ ਆਂਗਾ ਨਾ ਸਾਨੂੰ ਉਹ ਮਿਲੀ ਨਿੱਜੀ ਕੰਮ ਤਾਂ ਹੋਰ ਕੀ ਹੋਣਾ ਸੀ ਨਾ ਸਾਡੇ ਲੌਕ ਟੇਲ ਲੱਗੀ ਕਾਲੀ ਸਾਨੂੰ ਬਈ ਝੇਡਾਂ ਕਰਦੇ ਰਹੇ 17 ਤੋਂ ਲੈ ਕੇ 22 ਤੱਕ ਆ ਤਾਂ ਨਹੀਂ ਲੱਗੀ ਤੁਹਾਡੇ ਹਾਂ ਹਾਂ ਸਾਨੂੰ ਕਾਲੀ ਝੇਡਾਂ ਕਰਦੇ ਰਹੇ ਸਾਰੇ ਕਹਿੰਦੇ ਸੀਗੇ ਲਵਾਲੀ ਰਾਜੇ ਵਾਲੀ ਲੌਕ ਟੇਲ ਤੇ ਨਹੀਂ ਕੀ ਆ ਬਾਅਦ ਚ ਬਦਲ ਗਿਓ ਹੋਰ ਪਾਸੇ ਜਾ ਨਾ ਨਾ ਬਾਈ ਰਾਜੇ ਨੂੰ ਪਾਂਗਾ 22 ਚ ਫੇਰ ਰਾਜੇ ਨੂੰ ਪਾਂਗਾ 17 ਚ ਅਸੀਂ ਲੱਡੂਆਂ ਨਾਲ ਤੋਲਿਆ ਅੱਛਾ 22 ਚ ਫੇਰ ਅਸੀਂ ਘਰੇ ਆਇਆ ਫੇਰ ਤੋਲਿਆ ਤੇ ਬੈਠ ਕੇ ਫੋਟੋਆਂ ਵੀ ਲੱਗੀਆਂ ਵੇਖੀਆਂ ਫੋਟੋਆਂ ਬਈ ਹਾਂ ਭਾਵੇਂ ਕੈਮਰੇ 'ਚ ਵਿਖਾ ਦੇ ਲੱਗੀਆਂ ਹੋਈਆਂ ਫੋਟੋਆਂ ਹਾਂ ਤੋਲਿਆ ਬਈ ਅਸੀਂ 17 'ਚ ਤੇ ਲੱਡੂਆਂ ਨਾਲ ਤੋਲਿਆ ਨਾਲੇ ਡੱਕਵੇਂ ਸਾਰੀ ਮੰਨ ਕੇ ਚੱਲ ਜਿੰਨੀ ਆਹ ਸੀਗੀ ਵਾਰਡ ਦੀ ਵੋਟ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਸੱਦ ਕੇ ਮੈਂ ਕਿਹਾ ਡੱਕ ਲਓ ਕੋਈ ਚੱਕਰ ਨਹੀਂ ਉਦੋਂ ਬਈ ਜੋਸ਼ ਹੀ ਇੰਨਾ ਸੀ ਪਰ ਮੁੜ ਕੇ ਬਈ ਆਪਣਾ ਤਾਂ ਮਨ ਹੀ ਅੱਕ ਗਿਆ ਬਈ ਆਪਾਂ ਤਾਂ ਮੰਨ ਕੇ ਚੱਲ ਵੋਟ ਪਾਉਣੀ ਨਹੀਂ ਕਿਸੇ ਨੂੰ ਯਾਰ ਪਾਈ ਨਹੀਂ ਉਦੋਂ ਬਾਅਦ ਫਿਰ ਹੁਣ 22 'ਚ ਪਾਂਗਾ ਸੀਗਾ ਫਿਰ ਬਈ ਆ ਹੁਣ ਮੰਨ ਕੇ ਚੱਲ ਪਾਉਣੀਆਂ ਪੰਗਾਂ ਜਦੋਂ ਫਿਰ ਖਾਲਸਾ ਉੱਠ ਖੜਾ ਫਿਰ ਮੈਂ ਤਾਂ ਖਾਲਸਾ ਸਰਬਜੀਤ ਦਿਖਾ ਐਮਪੀ ਵਾਲੀਆਂ ਮੈਂ ਤਾਂ ਬਈ ਫਿਰ ਖਾਲਸੇ ਨੂੰ ਪਾਤੀ ਵੋਟ ਪਰ ਮਿਲਣ ਉਹ ਵੀ ਨਹੀਂ ਆਇਆ ਪਤੰਦਰ ਕਿਹੜੇ ਤਾਂ ਕੱਢਦਾ ਫਿਰਦਾ ਨਹੀਂ ਨਹੀਂ ਲੱਖ ਕਿਹੜੇ ਕੱਢ ਗਿਆ ਹੋਊਗਾ ਬਈ ਆਪਣੇ ਕੋਲੇ ਤਾਂ ਉਹ ਵੀ ਨਹੀਂ ਆਇਆ ਤੇ ਬਈ ਜਿਵੇਂ ਰਾਜੇ ਵਿਣਗ ਦਾ ਆਪਾਂ ਆਖਿਆ ਸੀ ਮੈਂ ਜਿੱਤੂਗਾ ਲੁਧਿਆਣੇ ਤੋਂ ਉਦੋਂ ਬਾਅਦ ਬਈ ਮਿਲਣੇ ਨਹੀਂ ਆਇਆ ਹਰਸਿਮਰਤ ਕੌਰ ਦਾ ਆਖਿਆ ਸੀ ਮੈਂ ਬਠਿੰਡੇ ਤੋਂ ਜਿੱਤੂਗੀ ਬਈ ਫੋਨ ਕਰਕੇ ਉਹਨਾਂ ਨੇ ਨਹੀਂ ਪੁੱਛਿਆ ਲੀਡਰ ਹੁੰਦੇ ਮੌਕੇ ਦੇ ਹੁਣ ਤੈਨੂੰ ਇਹ ਗੱਲ ਦਾ ਪਤਾ ਵੀ ਕੀੜੀਆਂ ਦੇ ਘਰੇ ਨਰਾਇਣ ਆਏ ਆ ਹੁਣ ਆਉਣਗੇ ਬਈ ਘਰਾਂ 'ਚ ਹੁਣ ਤਾਂ ਆਉਣਗੇ ਆਉਣਗੇ ਹੁਣ ਹੱਥ ਬੰਨਣਗੇ ਵੋਟਾਂ ਪਾਇਓ ਜੀ ਵੋਟਾਂ ਪਾਇਓ ਤੇ ਜਿੱਦੇ ਬਈ ਵੋਟਾਂ ਪਾਏਗਾ ਤੇ ਦੂਜੇ ਦਿਨ ਹੀ ਮੁਸ਼ਕ ਮਾਰਨ ਲੱਗ ਪੈਂਦਾ ਜਨਤਾ 'ਚੋਂ ਇਹਨਾਂ ਨੂੰ ਉਹ ਫਿਰ ਤਾਂ ਨੇੜੇ ਨਹੀਂ ਆਉਂਦੇ ਇਹ ਸੱਚੀਆਂ ਬਈ ਆਪਾਂ ਡਰ ਝਪਕੇ ਨਹੀਂ ਆਦੇ ਰੋਟੀ ਦੇਣੀ ਆ ਮਹਾਰਾਜ ਨੇ ਕੰਮ ਕਰਕੇ ਖਾਣੀ ਆ ਠੀਕ ਆ ਨਾ ਡਰ ਕੇ ਰਹਿਣਾ ਵੀ ਵਾਲਾ ਫਿਰ ਅੱਜ ਤੈਨੂੰ ਸੱਚੀਆਂ ਸੁਣਾਂਗਾ ਕੈਮਰੇ ਤੇ ਤੇ ਸੱਚੀਆਂ ਸੁਣਾਉਣੀਆਂ ਚਾਹੀਦੀਆਂ ਗੋਪੀਆ ਦੇ ਸੁਣਾਉਂਦੇ ਸਾਰਿਆਂ ਨਾਲੋਂ ਯਾਰ ਆ ਡੈਂਪੀ ਚੰਗਾ ਅੱਛਾ ਹਾਂ ਇਹ ਕਿਤੇ ਟੱਕਰੇ ਯਾਰ ਬੰਦਾ ਹੱਸ ਕੇ ਤਾਂ ਬੁਲਾਉਂਦਾ ਕਿਤੇ ਟੱਕਰੇ ਨਾਲੇ ਇਹਨੂੰ ਆਪਾਂ ਵੋਟ ਨਹੀਂ ਪਾਈ ਅੱਛਾ ਆਪਾਂ ਗੱਪ ਨਹੀਂ ਮਾਰਦੇ ਵੋਟ ਨਹੀਂ ਪਾਈ ਆਪਾਂ ਇਹਨੂੰ 17 'ਚ ਵੀ ਨਹੀਂ ਪਾਈ ਵਿਚਾਰੇ ਨੂੰ ਤੇ 22 'ਚ ਵੀ ਨਹੀਂ ਪਾਈ ਮੇਰੀ ਮਾਤਾ ਨੇ ਪਾਤੀ ਸੀ ਵੋਟ ਬਈ ਇੱਕ ਵੋਟ ਪੈ ਗਈ ਸੀ ਹਾਂ ਡੈਂਪੀ ਨੂੰ ਉਹ ਆਦੀ ਮੈਂ ਤਾਂ ਡੈਂਪੀ ਨੂੰ ਪਾਊਗੀ ਕਹਿੰਦੀ ਸਾਡੇ ਤਾਂ ਉੱਥੇ ਮੇਰੇ ਨਾਨਕੇ ਬਈ ਅੱਗੇ ਦੜਵੇ ਰਹਿੰਦੇ ਰਹੇ ਆ ਉਦੋਂ ਇਹ ਡੈਂਪੀ ਢਿੱਲੋ ਕੇ ਬਈ ਇੱਥੇ ਰਹਿੰਦੇ ਰਹੇ ਕੁਆਟਰਾਂ 'ਚ ਹਾਂ ਕੁਆਟਰਾਂ 'ਚ ਰਹਿੰਦੇ ਹੁੰਦੇ ਹਾਂ ਰਹਿੰਦੇ ਹੁੰਦੇ ਸੀ ਨਾ ਤੇ ਮੈਂ ਪਾਲ ਸਰਪੰਚ ਦਾ ਭਾਂਜਾ ਹੋਸਨਾਰ ਵਾਲੇ ਦਾ ਤੇ ਮੇਰੇ ਮਾਮੇ ਨਾਲ ਬਈ ਜਿਹੜਾ ਉਹ ਵੱਡਾ ਬਾਬਾ ਸੀਗਾ ਨਾ ਸ਼ਿਵਰਾਜ ਢਿੱਲੋ ਉਹਦੀ ਬਹੁਤ ਨੇੜਤਾ ਸੀ ਤੇ ਮੇਰੇ ਦਾਦੇ ਨਾਲ ਵੀ ਬਹੁਤ ਲਿਆ ਸੀ ਇਕੱਠੀ ਕੈਦ ਕੱਟੀ ਆ ਅੱਛਾ ਸ਼ਿਵਰਾਜ ਢਿੱਲੋ ਨੇ ਤੇ ਮੇਰੇ ਦਾਦੇ ਨੇ ਨਾਲ ਹੁੰਦਾ ਸੀ ਗੁਰਦਾਸ ਬਾਦਲ ਦਾਸ ਜੀ ਜੀ ਨੂੰ ਕਹਿੰਦੇ ਉਦੋਂ ਦਾਸ ਹੁੰਦਾ ਸੀ ਹਾਂ ਮਨਪ੍ਰੀਤ ਬਾਦਲ ਦੇ ਪਿਤਾ ਤੇ ਉਹਨਾਂ ਨੇ ਬਈ ਮੁੱਲ ਪਾਇਆ ਉਹਦਾ ਪ੍ਰਕਾਸ਼ ਸਿੰਘ ਬਾਦਲ ਸੀ ਨਾ ਜਿਹੜਾ
ਸਾਡੇ ਪਿੰਡ ਚ ਗੱਲ ਕਰਕੇ ਵੇਖ ਲਾ ਜਿੱਟ ਸੁਰੱਖਿਆ ਨੀ ਹੁੰਦੀ ਜਿਹੜੀ ਮੁੱਖ ਮੰਤਰੀ ਨਾਲ ਹੁੰਦੀ ਸੀ ਜਿੱਟ ਸੁਰੱਖਿਆ ਚੋਂ ਪਾਸੇ ਹੋ ਕੇ ਮਿਲਣ ਆ ਜਾਂਦਾ ਸੀਗਾ ਅਸੀਂ ਆਪ ਅੱਖੀ ਵੇਖਿਆ ਮੈਂ ਮੇਰੇ ਮੁੰਡੇ ਜਿੱਡਾ ਸੀਗਾ ਨਹੀਂ ਬਾਦਲ ਤਾਂ ਮਿਲਦਾ ਸੀਗਾ ਲੋਕਾਂ ਨੂੰ ਆਮ ਜਾਂਦਾ ਨਹੀਂ ਬਈ ਸੁਖਵੀਰ ਵੀ ਮਿਲਦਾ ਐਵੇਂ ਲੋਕ ਲੱਖ ਦਿੰਦੀ ਜਾਣ ਸੁਖਵੀਰ ਵੀ ਮਿਲਦਾ ਉੱਡ ਕੇ ਮੈਨੂੰ ਤਾਂ ਲੱਗਦਾ ਨੀ ਮਿਲਦਾ ਨਹੀਂ ਯਾਰ ਤੂੰ ਕਿਤੇ ਸੁਖਵੀਰ ਕੋਲੇ ਜਾ ਕੇ ਗੱਲ ਕਰਕੇ ਵੇਖੀ ਫਿਰ ਜਿਹੜੀ ਸੁਖਵੀਰ ਚ ਕੁਆਲਿਟੀ ਹੈ ਨਾ ਉਹ ਹੋਰ ਲੀਡਰ ਚ ਕੁਆਲਿਟੀ ਹੈ ਨੀ ਤੇ ਨਹੀਂ ਫਿਰ ਸਕਦੇ ਬੰਦੇ ਦੋਵਾਂ ਚ ਕੁਆਲਿਟੀ ਹੈ ਹੁਣ ਕੁਆਲਿਟੀ ਮੰਨ ਲੈਨੇ ਆ ਵੀ ਚਲੋ ਇੰਨੀ ਵਧੀਆ ਸੀ ਹੁਣ ਤਾਂ ਕਹਿੰਦੇ ਗਿੱਦੜ ਵਿੱਚ ਉਮੀਦਵਾਰ ਨਹੀਂ ਮਿਲ ਰਿਹਾ ਅਕਾਲੀ ਦਲ ਨੂੰ ਹਾਲ ਤੇ ਹੋ ਗਈ ਬਾਈ ਬਾਈ ਇਹ ਤਾਂ ਐਵੇਂ ਗੱਲਾਂ ਉਮੀਦਵਾਰ ਯਾਰ ਬਾਦਲ ਕਿਹਨੂੰ ਨਾ ਮਿਲੂਗਾ ਹਾਂ ਉਹਨਾਂ ਦੇ ਮਗਰ ਹਜੇ ਲੋਕ ਫਿਰਦੇ ਸਾਨੂੰ ਟਿਕਟ ਦਿਓ ਅੱਛਾ ਹਾਂ ਅਸਲ ਮੈਂ ਨਾ ਪ੍ਰਧਾਨ ਸਾਹਿਬ ਦਾ 80% 90% ਮੈਨੂੰ ਲੱਗਦਾ ਚਾਂਸ ਹੀ ਆਪਦਾ ਆਉਣ ਦਾ ਹੋਇਆ ਖੜਾ ਲੱਗਦਾ ਹੈ ਹਾਂ ਤੇ ਜੇ ਆ ਗਈ ਗੱਲ ਬਣ ਜੂ ਫੇਰ ਤਾਂ ਪੁੱਛ ਹੀ ਨਾ ਫੇਰ ਤਾਂ ਚੀਕਾਂ ਕਢਾ ਦੂ ਚੀਕਾਂ ਜਿਹੜਾ ਸੁਣਨਾ ਜਿਹਾ ਪਿਆ ਲੱਗਦਾ ਥਾਂ ਫਿਰ ਐਂ ਲੱਗਦਾ ਮਾਣ ਲਹਿਰਾਂ ਬਹਿਰਾਂ ਵੱਜ ਜਾਣਗੀਆਂ ਅੰਮ੍ਰਿਤਾ ਵੜਿੰਗ ਕਿਵੇਂ ਲੱਗਦੀ ਜਿਵੇਂ ਅੰਮ੍ਰਿਤਾ ਵੜਿੰਗ ਦੀ ਚਰਚਾ ਬਹੁਤ ਹਲਕੇ ਦੇ ਵਿੱਚ ਦੇਖੀਏ ਤਾਂ ਚਰਚਾ ਤਾਂ ਬਾਈ ਫਿਰ ਆਏ ਆ ਮੰਨ ਕੇ ਚੱਲ ਰਾਜੇ ਵੜਿੰਗ ਨੇ ਵੀ 2012 ਦਾ ਹਲਕਾ ਸਾਂਭਿਆ ਕਿ ਨਹੀਂ ਬਾਕੀ ਬਈ ਕੰਮ ਕਰੇ ਵੀ ਹੈ ਜਿਹਦੇ ਕਿਸੇ ਦੇ ਕਰੇ ਆ ਹੁਣ ਸਾਡੇ ਪਿੰਡ ਕੰਘਾਂ ਦੇ ਬਈ ਵਾਹਣਾ ਚ ਵੀ ਸੜਕਾਂ ਬਣਾ ਤੀਆਂ ਉਹਨੇ ਹਨਾ ਫਿਰ ਉਹਨਾਂ ਦਾ ਤਾਂ ਯਾਰ ਹੱਕ ਵੀ ਬਣਦਾ ਵੋਟ ਪਾਉਣ ਦਾ ਉਹਨਾਂ ਦਾ ਤਾਂ ਬਣਦਾ ਹੀ ਪਏ ਉਹਨਾਂ ਦਾ ਤਾਂ ਹੱਕ ਵੀ ਬਣਦਾ ਕਿ ਨਹੀਂ ਜਿਹੜਾ ਮੇਰੇ ਵਰਗੇ ਦਾ ਕੀਤਾ ਹੀ ਕੁਛ ਨਹੀਂ ਹੁਣ ਮੇਰੇ ਵਰਗੇ ਦਾ ਜੀ ਵੀ ਨਹੀਂ ਕਰਦਾ ਪੰਜੇ ਕੰਨੀ ਝਾਕਣ ਨੂੰ ਪੰਜੇ ਕੰਨੀ ਡਰ ਲੱਗਦਾ ਵੇਖ ਕੇ ਤੇ ਆ ਗੁੱਟ ਤੇ ਕੀ ਹੋ ਗਿਆ ਸੀ ਇਹ ਤਾਂ ਯਾਰ ਗੋਲੀ ਜੀ ਗੁੱਟ ਦੀ ਹਿੱਲੀ ਹੈ ਮੈਨੂੰ ਲੱਗਦਾ ਆਪਰੇਸ਼ਨ ਕਰਕੇ ਕਢਾਉਣੀ ਪਊਗੀ ਕਿਤੇ ਬੜਾ ਖੁੱਚ ਖੁੱਚ ਤਾਂ ਨਹੀਂ ਗਿਆ ਕਿਤੇ ਨਹੀਂ ਯਾਰ ਇਹ ਨਾ ਬਾਈ ਊਂ ਇਹ ਨਾ ਮੈਂ ਨਾ ਇੱਥੇ ਵਾਹਣ ਵਾਹੀ ਜਾਂਦਾ ਸੀਗਾ ਇਹ ਨਾ ਟਰੈਕਟਰ ਸੀ ਸੋਨਾ ਲੀਕਾ ਉਹ ਯਾਰ ਸੁੱਕੀ ਵੱਟ ਤੇ ਵੱਜਿਆ ਇੱਕਦਮ ਤੇ ਆਹ ਹੱਥ ਪਾਇਆ ਸੀਗਾ ਐ ਡੁੱਬਦੇ ਉਹਦੇ ਨਾਲ ਹੋ ਗਿਆ ਹੈ ਇੱਕਦਮ ਵੱਟ ਚੜ ਗਿਆ ਯਾਰ ਉਦੋਂ ਬਾਅਦ ਇਹ ਨਾ ਰਾਸ ਹੀ ਨਹੀਂ ਆਇਆ ਗੁੱਟ ਹੁਣ ਇਹ ਦੋ ਤਿੰਨ ਤੇ ਹੁਣ ਇਹ ਸੂਰਤ ਕੇ ਵਿਖਾਇਆ ਯਾਰ ਉੱਥੇ ਸਿਆਣਾ ਚੰਗਾ ਪੰਗਾ ਪੈਰਾਂ ਦਾ ਉਹਦੇ ਨਾਲ ਬਾਈ ਅੱਗੇ ਨਾਲ ਉਹ ਰੁਪਈਏ ਚ 80 ਪੈਸੇ ਫਰਕ ਆ ਮੈਂ ਤੁਹਾਡੀਆਂ ਵੀਡੀਓ ਦੇਖੀ ਜਾਂਦਾ ਪਿੱਛੇ ਜੇ ਤੁਸੀਂ ਪ੍ਰਿਤਪਾਲ ਸ਼ਰਮੇ ਬਾਰੇ ਬੋਲੇ ਸੀ ਸੁਖਵਿੰਦਰ ਸ਼ਰਮਾ ਬੰਦਾ ਬਾਈ ਵਧਗਾ ਸ਼ਰਮਾ ਬੰਦਾ ਮੇਰੀ ਗੱਲ ਸੁਣ 2.5 ਸਾਲ ਹੋ ਗਿਆ ਆਮ ਆਦਮੀ ਦੀ ਸਰਕਾਰ ਬਣੀ ਨੂੰ ਇੱਕ ਬੰਦੇ ਤੇ 10 ਸ਼ਰਮੇ ਨੇ ਪਰਚਾ ਪਵਾਇਆ ਪਰਚਾ ਤਾਂ ਨਹੀਂ ਕਟਾਇਆ ਆਪਦੇ ਲੱਛਣੀ ਪੈ ਗਿਆ ਯਾਰ ਉਹਦਾ ਹੁਣ ਜੇ ਬਾਈ ਕੋਈ ਪੋਸਟ ਦੀ ਗੱਡੀ ਭਰੀ ਆਉਂਦਾ ਫਿਰ ਉਹਦਾ ਪੁਲਿਸ ਪਰਚਾ ਕੱਟੂਗੀ ਉਹ ਤਾਂ ਕੱਟੂਗੀ ਬਾਈ ਹਨਾ ਜਾਂ ਜੇ ਕੋਈ ਗੋਲਗਾਂ ਵੇਚੀ ਜਾਂਦਾ ਚਿੱਟਾ ਯਾਰ ਉਹਦਾ ਫਿਰ ਪਰਚਾ ਆਪਦੇ ਲੱਛਣੀ ਪੈ ਗਿਆ ਨਾ ਉਹ ਸ਼ਰਮੇ ਨੇ ਦੱਸ ਮੈਨੂੰ ਕਿਤੇ ਪਰਚਾ ਪਵਾਇਆ ਨਹੀਂ ਪਵਾਇਆ ਦੂਜਾ ਕੋਈ ਲੀਡਰ ਪਰਚਿਆਂ ਦੀ ਰਾਜਨੀਤੀ ਕਰਦਾ ਹੀ ਕਰਦਾ ਕੁੱਲ ਨੂੰ ਡੰਡੇ ਨਾਲ ਥੱਲੇ ਲਾਉਣ ਨੂੰ ਪੈਂਦਾ ਸਾਰਿਆਂ ਨਾਲੋਂ ਕੂਨਾ ਬੰਦਾ ਨਾ ਗਿੱਦੜਵੇ ਚ ਸ਼ਰਮਾ ਆਇਆ ਸੀ ਪ੍ਰਿਤਪਾਲ ਸ਼ਰਮੇ ਨੇ ਨਾ ਤਾਂ ਕਿਸੇ ਤੇ ਪਰਚਾ ਪਵਾਇਆ ਜਿੰਨੇ ਜੋਗਰਾ ਸੀਗਾ ਹਰੇਕ ਦਾ ਕੰਮ ਕਰਕੇ ਦਿੰਦਾ ਸੀਗਾ ਠੀਕ ਆ ਨਾ ਕਿਸੇ ਨੂੰ ਲਾਰਾ ਲਾਇਆ ਸੀਗਾ ਠੰਡੇ ਸੁਭਾਅ ਦਾ ਬੰਦਾ ਸੀਗਾ ਪਹਿਲੀ ਗੱਲ ਆ ਯਾਰ ਤੂੰ ਮੇਰੀ ਗੱਲ ਸੁਣ ਬੰਦੇ ਕੋਲੇ ਹਲਕਾ ਇੰਚਾਰਜ ਹੋਵੇ MLA ਜਿੰਨੀ ਪਾਵਰ ਹੁੰਦੀ ਆ ਤੇ ਸ਼ਰਮੇ ਕੋਲੇ ਗੰਦਮੈਨ ਹੀ ਨਹੀਂ ਸੀ ਉਹ ਤਾਂ ਧੱਕੇ ਨਾਲ ਦਿੱਤਾ ਸੀਗਾ ਭਗਵੰਤ ਮਾਨ ਨੇ ਸਹੀ ਗੱਲ ਆ ਬਈ ਇਹ ਗੱਲ ਨਾ ਚੱਲ ਆ ਤਾਂ ਮੈਂ ਮਜ਼ਾਕ ਚ ਬੋਲ ਗਿਆ ਜਿਹੜਾ ਬੋਲਣੀ ਸੀ ਗੱਲ ਤੇ ਉਹ ਆਪਣਾ ਇੰਨੇ ਨਾਲ ਤਾਂ ਫਿਰ ਬਈ ਠੁੱਕ ਵੀ ਨੀ ਬਣਦੀ ਹਲਕਾ ਇੰਚਾਰਜ ਹੋਵੇ MLA ਜਿੰਨੀ ਪਾਵਰ ਹੋਵੇ ਜੇ ਚਾਰ ਗੰਦਮੈਨ ਹੀ ਨਾ ਹੋਣ ਹਨਾ ਹਰੇਕ ਫਿਰ ਬਈ ਉੱਤੇ ਚੜ੍ਹਦਾ ਤੈਨੂੰ ਪਤਾ ਕਈ ਵਾਰੀ ਵਿਰੋਧੀ ਬਈ ਇੱਕ ਤਿੱਤ ਕਰਾਉਣੋਂ ਵੀ ਨੀ ਹਟਾਉਂਦੇ ਤੇ ਫਿਰ ਗੱਲ ਕੀ ਬਣੀ ਜਿਵੇਂ ਸੁਖਵਿੰਦਰ ਕੌਣੀ ਨੂੰ ਵੀ ਪਾਸੇ ਛੱਡ ਦੇਣਾ ਬਈ ਫਿਰ ਉੱਥੇ ਆ ਕੇ ਤਾਂ ਪਾਰਟੀਆਂ ਫੇਲ ਹੁੰਦੀਆਂ ਨਾ ਜਦੋਂ ਮੰਨ ਕੇ ਚੱਲ ਯਾਰ ਜਿਹੜੇ ਬੰਦਿਆਂ ਨੇ ਹੁਣ ਵਿਸਪੇ ਮੋਟਰਸਾਈਕਲ ਤੇ ਸੁਖਵਿੰਦਰ ਕੌਣੀ ਨੇ ਮੈਂ ਬਈ ਆਪ ਵੇਖਿਆ ਵਿਚਾਰਾ ਇਹ ਵਿਸਪਾ ਇਹਦੇ ਕੋਲੇ ਸੀਗਾ ਵਿਸਪੇ ਵਾਲਿਆਂ ਦਾ ਨੀ LML ਵੱਜਦਾ ਸੀ ਇਹਦੇ ਕੋਲੇ ਬਈ ਉਹ ਵਿਚਾਰੇ ਕੋਲੇ ਸਕੂਟਰ ਹੁੰਦਾ ਸੀਗਾ ਛੱਤੇ ਆਣੇ ਮੈਂ ਆਪ ਇਹ ਕੰਧ ਨਾਲ ਸਕੂਟਰ ਲਾ ਕੇ ਸਕੂਟਰ ਦੀ ਸ਼ੀਟ ਤੇ ਚੜ੍ਹ ਕੇ ਪਰਚੇ ਲਾਈ ਜਾਂਦਾ ਵੇਖਿਆ 2013 ਦੇ ਲਾਸਟ ਜੇ ਚ ਸਾਧੂ ਸਿੰਘ ਤੋਂ ਪਹਿਲਾਂ ਹਾਂ ਉਦੋਂ ਬਈ MP ਦਾ ਇਲੈਕਸ਼ਨ ਨੇੜੇ ਸੀਗਾ ਤੇ ਵਿਚਾਰਾ ਮੈਂ ਆਪ ਪੋਸਟਰ ਲਾਈ ਜਾਂਦਾ ਵੇਖਿਆ ਤੇ ਅੱਜ ਬਈ ਪਾਰਟੀ ਨੇ ਉਹਨਾਂ ਨੂੰ ਦਾਣ ਵੇਖਿਆ ਹੀ ਕਰਤਾ ਯਾਰ ਫਿਰ ਤਾਂ ਮੰਨ ਕੇ ਚੱਲ ਜਿਹੜਾ ਗਰੀਬ ਬੰਦਾ ਉਹਦੇ ਤਾਂ ਕਿਸੇ ਪਾਸੇ ਪੈਰ ਹੀ ਨਹੀਂ ਨਾ ਲੱਗਦੇ ਕਾਹਦੇ ਲੱਗਣੇ ਫਿਰ ਲੱਗਣੇ ਬਸ ਬਈ ਵਿਚਾਰਾ ਜ਼ੀਰੋ ਕਰਤਾ ਹੁਣ ਜੇ ਸਵੇਰੇ ਡੈਂਪੀ ਢਿੱਲੋ ਜਿੱਤ ਗਿਆ ਇੱਕ ਗੱਲ ਆ ਫਿਰ ਬਈ ਉਹ ਤਾਂ ਅਗਲੇ ਦੀ ਤਾਂ ਆਪਦੀ ਚੱਲੂ ਉਹ ਤਾਂ ਆਪਦੇ ਬੰਦਿਆਂ ਨੂੰ ਮੂਹਰੇ ਕਰੂਗਾ ਸੁਖਵਿੰਦਰ ਕੌਣੀ ਦੇ ਬੰਦਿਆਂ ਦਾ ਕੰਮ ਨਹੀਂ ਨਾ ਹੁੰਦਾ ਇਹ ਤਾਂ ਹੈ ਇਹ ਤਾਂ ਫਰਕ ਆ ਨਾ ਤੈਨੂੰ ਪਤਾ ਹੀ ਹੈ ਨਾਲੇ ਲੀਡਰ ਤਾਂ ਲੀਡਰ ਤੇ ਖਾਰ ਖਾਂਦਾ ਹੀ ਹੁੰਦਾ ਇਹ ਤਾਂ ਹੈਗੀ ਹੈਗਾ ਬਈ ਤੇ ਜਿਵੇਂ ਉਹ ਦਰੀਆਂ ਵਿਛਾਉਣ ਵਾਲੇ ਭਮੱਕੜ ਵਿਚਾਰੇ ਉਹਨਾਂ ਦਾ ਕੀ ਹੋ ਜੇ ਭਮੱਕੜਾਂ ਦੇ ਫੰਗ ਟੁੱਟ ਗਏ ਬਈ ਭਮੱਕੜਾਂ ਦੇ ਖੰਭ ਟੁੱਟ ਗਏ ਹੁਣ ਤਾਂ ਉਹੀ ਵੱਡੀ ਰਾਜਨੀਤੀ ਹੋ ਗਈ ਉਹੀ ਚੱਲੀ ਜਾਂਦੀ ਹੈ ਅਸਲ ਮੈਂ ਬਈ ਜਿਹੜੀ ਰਾਜਨੀਤੀ ਦੀ ਖੇਡ ਆ ਨਾ ਰਾਜਨੀਤੀ ਦੀ ਖੇਡ ਹੈਗੀ ਪੈਸੇ ਵਾਲੇ ਦੀ ਮਾੜੇ ਬੰਦੇ ਦੇ ਪੈਰ ਨਹੀਂ ਲੱਗਦੇ ਇਹ ਚੀਜ਼ 'ਚ ਜ਼ਮੀਨਾਂ ਨੂੰ ਲੈ ਕੇ ਠੇਕਿਆਂ ਨੂੰ ਲੈ ਕੇ ਕੋਈ ਹੁਣ
ਹੋਈ ਅੱਗੇ ਸਮਝਾਉਣੇ ਬੜਾ ਲੋਕਾਂ ਨੂੰ ਉਹੀ ਚੀਜ਼ਾਂ ਝਾੜ ਨੂੰ ਲੈ ਕੇ ਹੁਣ ਬਈ ਮੇਰੀ ਗੱਲ ਸੁਣ ਝਾੜ ਤਾਂ ਘਟ ਗਿਆ ਤੇ ਜ਼ਮੀਨਾਂ ਦੇ ਠੇਕੇ ਫੇਰ ਵਧਾਈ ਜਾਂਦੇ ਆ ਠੇਕੇ ਦੇ ਦੇਣ ਵਾਲੇ ਵੀ ਨਹੀਂ ਬਈ ਸਮਝਦੇ ਤੇ ਲੈਣ ਵਾਲੇ ਵੀ ਨਹੀਂ ਸਮਝਦੇ ਕਿੱਲੇ ਮਗਰ ਵੱਧ ਹੋਣੀ ਐਤਕੀ ਕਣਕ ਤੇ ਉਹ ਤਾਂ ਬਈ ਫਿਰ ਠੇਕੇ ਤੇ ਜ਼ਮੀਨ ਦੇਣ ਵਾਲਾ ਲੈ ਗਿਆ ਏਦੂ ਪਹਿਲਾਂ ਉਹ ਤਾਂ ਪਹਿਲਾਂ 6000 ਰੁਪਇਆ ਕੱਢ ਲੈਣ ਤਾਂ ਆਪਦਾ ਹਾਂ ਐਤਕੀ ਥੋੜਾ ਜਿਹਾ ਬਈ ਜ਼ਿਆਦਾ ਸਾਡੇ ਤਾਂ 93-94 ਹਜ਼ਾਰ ਤੇ ਗਿਆ ਕੰਮ ਇੰਨਾ ਜਾਵੜਿਆ ਹਾਂ ਤੇ ਬਈ ਸਕੂਲਾਂ ਦਾ ਕੀ ਹਾਲ ਹੈ ਫਿਰ ਸਰਕਾਰੀ ਤੇ ਕਾਲਜ ਸਕੂਲਾਂ ਦਾ ਯਾਰ ਸਰਕੂਲ ਬਈ ਜਿਹੜੇ ਤਾਂ ਸਰਕਾਰੀ 'ਚ ਪੜ੍ਹਦੇ ਜਵਾਕ ਉਹ ਤਾਂ ਠੀਕ ਆ ਜਿਹੜੇ ਪੜ੍ਹਦੇ ਆ ਜਿਹੜੇ ਬਈ ਇੰਗਲਿਸ਼ ਮੀਡੀਅਮ ਸਕੂਲਾਂ 'ਚ ਪੜ੍ਹਦੇ ਆ ਯਾਰ ਉਹਨਾਂ ਨੂੰ ਤਾਂ ਇੱਕ ਅਦੂ ਹੀ ਨਹੀਂ ਆਉਂਦਾ ਉਹ ਤਾਂ 1-2 ਜਾਣਦੇ ਆ ਇੱਜ਼ਤ ਰਿਸਪੈਕਟ ਕਰਦੇ ਨਾ ਬਈ ਮਾਂ ਪਿਓ ਦੀ ਵੀ ਰਿਸਪੈਕਟ ਨਹੀਂ ਕਰਦੇ ਉਵੇਂ ਫਿਰ ਬਈ 2 ਨੰਬਰ ਤੇ ਸਰਕਾਰੀ ਸਕੂਲ ਦਾ ਜਿਹੜਾ ਖਰਚਾ ਬਈ ਜੇ ਸਰਕਾਰ ਚਾਹੇ ਨਾ ਤੇ ਸਰਕਾਰੀ ਸਕੂਲਾਂ ਨੂੰ ਬਹੁਤ ਅੱਗੇ ਲਿਜਾ ਸਕਦੀ ਆ ਤੇ ਸਰਕਾਰੀ ਸਕੂਲ ਦੀ ਜਿਹੜੀ ਪੜ੍ਹਾਈ ਆ ਨਾ ਤੇ ਸਭ ਤੋਂ ਸਿਰੇ ਦੀ ਪੜ੍ਹਾਈ ਆ ਅੱਗੇ ਸਰਕਾਰੀਆਂ 'ਚ ਹੀ ਪੜ੍ਹੇ ਸੀਗੇ ਆਪਣੇ ਪਿਓ ਵਰਗੇ ਜਿਹੜੇ 10-10 ਪੜ੍ਹੇ ਸੀਗੇ ਪਟਵਾਰੀ ਨਹੀਂ ਲੱਗੇ ਸੀਗੇ ਹੁਣ ਜਿਹੜੇ ਬਈ ਇੰਗਲਿਸ਼ ਮੀਡੀਅਮ ਸਕੂਲ ਦਾ ਖਰਚਾ ਹੀ ਨਹੀਂ ਚੱਕ ਸਕਦਾ ਪਹਿਲਾਂ ਤਾਂ ਬਈ ਸਾਲ 'ਚ 2-3 ਟ੍ਰਿਪ ਹੀ ਲੈ ਆਉਂਦੇ ਆ ਅੱਜ ਰਾਜਸਥਾਨ ਜਾਣਾ ਅੱਜ ਹਿਮਾਚਲ ਜਾਣਾ ਵੀ ਤੁਸੀਂ ਪੜ੍ਹਾਈ ਕਰਾਉਣੀ ਆ ਕਿ ਇਹਨਾਂ ਨੂੰ ਸੈਰ ਕਰਾਉਣੀ ਹੈ ਫਿਰ ਬਈ ਜਦੋਂ ਇੱਕ ਜਵਾਕ ਜਾਂਦਾ ਟ੍ਰਿਪ ਤੇ ਦੂਜਾ ਕਈ ਵਾਰੀ ਮੇਰੇ ਵਰਗੇ ਦਾ ਬਈ ਨੰਗ ਕਰਦਾ ਪੜ੍ਹਦਾ ਹੁੰਦਾ ਜੀ ਤਾਂ ਉਹਦਾ ਵੀ ਕਰਦਾ ਵੀ ਮੇਰਾ ਜਵਾਕ ਵੀ ਬਾਹਰ ਜਾਵੇ ਹਨਾ ਮਾਂ ਪਿਓ ਦਾ ਵੀ ਜੀ ਕਰਦਾ ਭੇਜਾਂ ਪਰ ਘਰ ਇਜਾਜ਼ਤ ਨਹੀਂ ਦਿੰਦਾ ਇਹ ਗੱਲ ਗਲਤ ਆ ਨਾ ਸਹੀ ਨਹੀਂ ਨਾ ਟ੍ਰਿਪਾਂ ਵਾਲੀ ਬਈ ਕੁੱਲ ਦੇ ਕੱਲਾ ਕੱਲਾ ਜਵਾਕ ਆ ਕਿਹਦੇ 4 ਜਵਾਕ ਆ ਜੇ ਕੋਈ ਰਾਹ 'ਚ ਜਾਂਦਿਆਂ ਨੂੰ 19-21 ਗੱਲ ਬਣ ਗਈ ਜ਼ਿੰਮੇਵਾਰ ਕੌਣ ਆ ਉਹ ਗੱਲ ਦਾ ਬਿਲਕੁਲ ਹਨਾ ਇਹ ਚੀਜ਼ਾਂ ਤਾਂ ਸੋਚਦੇ ਨਹੀਂ ਸਕੂਲਾਂ ਵਾਲੇ ਵੀ ਚੁੱਕ ਮੰਗਾ ਬਣਾਂਗਾ ਵੀ ਜੇ 1,00,000 ਰੁਪਇਆ ਇਕੱਠਾ ਹੋ ਗਿਆ 60-70 ਹਜ਼ਾਰ ਟ੍ਰਿਪ ਤੇ ਲੱਗ ਗਿਆ ਕੋਈ 20-25 ਹਜ਼ਾਰ ਬਣ ਜੂ ਉਹ ਤਾਂ ਕਮਾਈ ਦੇ ਸਾਧਨ ਬਣਾ ਲੈ ਨਾ ਬਈ ਹਾਂ ਫਿਰ ਬਈ ਨਾ ਕੋਈ ਸਰਕਾਰ ਦੀ ਨੱਥ ਆ ਇਹਨਾਂ ਤੇ ਨੱਥ ਹੀ ਨਹੀਂ ਪ੍ਰਾਈਵੇਟ ਸਕੂਲਾਂ ਤੇ ਆਪੋ ਆਪਣੇ ਫੀਸ ਦਾਖਲੇ ਕੋਈ ਇਹਨਾਂ ਨੇ ਫੀਸ ਬੰਨੀ ਆ ਐਡਮਿਸ਼ਨ ਆਏ ਸਾਲ ਲੈਂਦੇ ਆ ਕਈ ਸਕੂਲ ਗਲਤ ਨਹੀਂ ਗੱਲ ਬਈ ਫਿਰ ਆਖ ਦਿੰਦੇ ਆ ਇੰਨੀ ਫੀਸ ਹੋ ਗਈ ਜੀ ਇੰਨੀ ਐਡਮਿਸ਼ਨ ਫੇਰ ਦਿਓ ਅੱਛਾ ਬਈ ਮੇਰੀ ਗੱਲ ਸੁਣ ਉਹ ਐਡਮਿਸ਼ਨ ਨੂੰ ਹੁਣ ਪਤਾ ਕੀ ਬਣਾ ਲਿਆ ਆਉਂਦੇ ਪੇਪਰਾਂ ਦਾ ਖਰਚਾ ਵੀ ਪੇਪਰਾਂ ਦੇ ਖਰਚੇ ਮਾਰੇ ਨੀ 40-40, 50-50 ਹਜ਼ਾਰ ਭਰਿਆ ਹੋਰ ਕਾਹਦਾ ਦਿੱਤਾ ਕਿ ਨਹੀਂ ਉਹ ਕਾਹਦੇ ਵਾਸਤੇ ਆ ਗਿਆ ਕਿ ਨਹੀਂ ਅਸਲ ਮੈਂ ਬਈ ਜੇ ਸਰਕਾਰੀ ਸਕੂਲਾਂ ਦੇ ਜਿਵੇਂ ਇੱਕ ਨਾ ਸਟੇਟਸ ਬਣ ਗਿਆ ਲੋਕਾਂ ਦੇ ਸਟੇਟ ਸਿੰਬਲ ਬਣਾ ਲਿਆ ਨਾ ਆ ਫਿਰ ਬਈ ਉਹ ਤਾਂ ਇਉਂ ਨਹੀਂ ਮੈਂ ਤੈਨੂੰ ਕਹਿੰਦਾ ਜਿਹੜੇ ਪ੍ਰਾਈਵੇਟ ਸਕੂਲ ਆ ਪੜ੍ਹਾਈ ਉਹਨਾਂ 'ਚ ਜ਼ਿਆਦਾ ਆ ਸਰਕਾਰੀ ਸਕੂਲਾਂ 'ਚ ਗੌਰ ਹੈ ਨਹੀਂ ਪਰ ਕਿਤੇ ਨਾ ਜਿਹੜੇ ਪ੍ਰਾਈਵੇਟ ਸਕੂਲ ਆ ਬਈ ਉਹ ਪੰਜਾਬੀ 'ਤੇ ਉਹ ਨਹੀਂ ਕਰਦੇ ਫੋਕਸ ਨਹੀਂ ਕਰਦੇ ਹੁਣ ਤੂੰ ਵੇਖ ਲਾ ਇੱਥੇ ਮੇਰਾ ਮੁੰਡਾ ਹੀ ਫਿਰਦਾ ਹੋਊਗਾ ਉਹਨੂੰ ਇੱਕ ਅਦੂਆ ਤਾਂ 40 ਤਿੱਕ ਆਉਂਦਾ 1-2 ਉਹਨੂੰ ਭਾਵੇਂ 2,000 ਤਿੱਕ ਪੜ੍ਹਾ ਇੰਗਲਿਸ਼ ਤੋਂ ਜਿਵੇਂ ਮਰਜ਼ੀ ਉਹਨੂੰ ਕਰ ਲਓ ਹਾਂ ਇੱਕ ਅਦੂਆ ਆਉਂਦਾ ਨੀ ਯਾਰ ਮੇਰਾ ਭਾਂਜਾ ਉਹਨੂੰ ਜੇ ਕਿਸੇ ਦਾ ਫੋਨ ਨੰਬਰ ਲਿਖਾਉਣਾ ਆਖੂਗਾ 1-2 'ਚ 10 ਇੱਕ ਅਦੂਆ ਤਾਂ ਮੈਨੂੰ ਆਉਂਦਾ ਨੀ ਤੇ ਬਈ ਜਿਵੇਂ ਤੁਹਾਡੇ ਪਿੰਡ ਤਾਂ ਤੀਆਂ ਹੀ ਬੜੀਆਂ ਲੱਗੀਆਂ ਸੀ ਨਾ ਹਾਂ ਉਹ ਤਾਂ ਬਈ ਤੀਆਂ ਤਾਂ ਕਿਹੜੀਆਂ ਸੀ ਭਾਦੋ ਵਾਲੀਆਂ ਤੀਆਂ ਲੱਗੀਆਂ ਭਾਦੋ ਵਾਲੀਆਂ ਤੀਆਂ ਉਹ ਤਾਂ ਫਿਰ ਹੁਣ ਤੈਨੂੰ ਪਤਾ ਇੰਨਾ ਕੁ ਤਾਂ ਸਰਕਾਰਾਂ ਨੂੰ ਕਰਨਾ ਹੀ ਪੈਂਦਾ ਤੜਕਾ ਲਾਉਣਾ ਹੀ ਪੈਂਦਾ ਜਦੋਂ ਬਾਈ ਇਲੈਕਸ਼ਨ ਹੋਵੇ ਤੀਆਂ ਭਾਦੋ 'ਚ ਲੱਗੀਆਂ ਹੁਣ ਬਈ ਇੱਕ ਗੱਲ ਹੋਰ ਅਖਾੜੇ ਹੁਣ ਵੀ ਬਹੁਤ ਆਉਣਗੇ ਬਲਕਾਰ ਅਣਖੀਲਾ ਤੇ ਲਾਵ ਹੀਰਾ ਸਾਡੇ ਇੱਥੇ ਹੁਣ ਹਲਕੇ 'ਚ ਹੀ ਰਹੂਗਾ ਬੋਕੀ ਰਹਿਣਗੇ ਖੜੇ ਬੋਕੀ ਰਹਿਣਗੇ ਬਈ ਉਧਰੋਂ ਆਰਨੇ ਤਰ ਕੇ ਕਿੱਥੇ ਦਾ ਉਧਰੋਂ ਹੋ ਸਕਦਾ ਰਾਜੇ ਵਿਣਕ ਨਾਲ ਬੱਬੂ ਮਾਨ ਵੀ ਆ ਜੇ ਜੇ ਰਾਜਾ ਵਿਣਕ ਨਾਲ ਲਿਆ ਤਾਂ ਛੰਨੀ ਢਿੱਲੋ ਲਿਓ ਛੰਨੀ ਢਿੱਲੋ ਦੀ ਬੱਬੂ ਮਾਨ ਨਾਲ ਬਹਿਣੀ ਉੱਠਣੀ ਚੰਗੀ ਆ ਫੋਟੋਆਂ ਖਿਚਾਉਂਦਾ ਲੋਕਾਂ ਨੂੰ ਬੜਾ ਮੌਕਾ ਹਾਂ ਨਹੀਂ ਫੋਟੋ ਤਾਂ ਨਹੀਂ ਖਿੱਚਣ ਦਿੰਦੇ ਪੁਲਿਸ ਵਾਲੀ ਹੁੰਦੀ ਆ ਫੋਟੋ ਤਾਂ ਕਰੀ ਜਾਵੇ ਬਈ ਜਦੋਂ ਖਿੱਚਣੀ ਹੋਵੇ ਪਰ ਵੈਸੇ ਤਾਂ ਸਹੀ ਮੈਨੇ ਤਾਂ ਫੋਨ ਹੀ ਆਵੇ ਕਲਾਕਾਰ ਦਾ ਮੇਰੇ ਵਰਗੇ ਬੰਦੇ ਨੂੰ ਫੇਰ ਹੀ ਗੱਲ ਬਣਦੀ ਕਿ ਨਹੀਂ ਨਜ਼ਾਰਾ ਹੀ ਫੇਰ ਆਉਂਦਾ ਤੇ ਚਲੋ ਗੋਪੀ ਟਾਈਮ ਦਿੱਤਾ ਹਨ ਧੰਨਵਾਦ ਬਈ ਜੇ ਕੋਈ ਤੇ ਬਾਕੀ ਬਈ ਨਾ ਇਹ ਅੱਡੋ ਅੱਡ ਹੁੰਦੀਆਂ ਕੁਆਲਟੀਆਂ ਬੰਦਿਆਂ ਦੀਆਂ ਹਨਾ ਜਿਵੇਂ ਕਈ ਹੁਣ ਲੀਡਰ ਹੈਗੇ ਲੀਡਰ ਤਾਂ ਸੱਚ ਬੜੇ ਵੱਡੇ ਆ ਰਹੇ ਆ ਤੈਨੂੰ ਪਤਾ ਹੀ ਨਹੀਂ ਇੱਥੇ ਅੱਛਾ ਜਗਮੀਤ ਬਰਾੜ ਪੁਰਾਣਾ ਖੁੰਡ ਉਹ ਜਗਮੀਤ ਬਰਾੜ ਵੀ ਫਿਰਦਾ ਉਹ ਫਿਰਦਾ ਹਾਂ ਜਗਮੀਤ ਬਰਾੜ ਹੋ ਸਕਦਾ ਯਾਦ ਉੱਠ ਖੜੇ ਉਹਦੀ ਬਈ 7-8 ਹਜ਼ਾਰ ਵੋਟ ਹੈਗੀ ਹਲਕੇ ਚ ਆਪਣੇ ਹੈਗੀ ਇੰਨੀ ਲੱਗਦੀ ਬਈ ਹੋਸ਼ਨਾਰ ਦਾ ਜੰਪਲਾ ਤੇ ਉਹਨੇ ਉਦੋਂ 92 'ਚ ਕੇ 95 'ਚ ਲੋਕਾਂ ਨੂੰ ਮੋਟਰਾਂ ਲਵਾ ਕੇ ਦਿੱਤੀਆਂ ਜਦੋਂ ਬਿਜਲੀ ਮੰਤਰੀ ਸੀ
ਤੇ ਬਾਕੀ ਜਿਹੜੇ ਪੁਰਾਣੇ ਕਾਂਗਰਸੀ ਬੰਦੇ ਆ ਤੇ ਉਹਨਾਂ ਨਾਲ ਲਿਆ ਜਾਵੇ ਹੈਗਾ ਹੀ ਉਹਦੀ ਕੰਮ ਕਰਾਇਆ ਯਾਰ ਉਹਨੇ ਆਪਦੇ ਟਾਈਮ ਜਦੋਂ ਉਹ ਤਾਂ ਮੈਂ ਤਾਂ ਇਹ ਸੁਣਿਆ ਸੀ ਕਹਿੰਦੇ ਵੀ ਜਦੋਂ ਜਗਮੀਤ ਬਰਾੜ ਸੁਖਬੀਰ ਬਾਰ ਨੂੰ ਹਰਾ ਕੇ ਉਦੋਂ ਮੁੜ ਕੇ ਹਲਕੇ ਚ ਨਹੀਂ ਵੜਿਆ ਸੀਗਾ ਹਾਂ ਉਦੋਂ ਛੱਡ ਗਿਆ ਸੀ ਇਹਦੇ ਚ ਕੋਈ ਦੋ ਰਾਇਆ ਨੀ ਉਦੋਂ ਛੱਡ ਗਿਆ ਸੀ ਤੇ ਇੱਕ ਬਾਈ ਯਾਰ ਹੋਰ ਵਿਚਾਰਾ ਆ ਗਿਆ ਯਾਰ ਕਿਹੜਾ ਯਾਰ ਉਹਨੇ ਪਤੰਦਰ ਨੇ ਘਰ ਹੀ ਵੇਚਤਾ ਯਾਰ ਉਹ ਹਾਂ ਰਾਮਿਆਣੇ ਦਾ ਹਨਾ ਉਹ ਕੋਈ ਡਾਕਟਰ ਆ ਦੇ ਡਾਕਟਰ ਉਹਨੇ ਘਰ ਵੀ ਵੇਚਤਾ ਯਾਰ ਤੇ ਉਹਦੇ ਕੋਲੇ ਖਣੀ ਪੈਲੀ ਸੀਗੀ ਕੋਈ ਇੱਕ ਦੋ ਕਿੱਲੇ ਉਹ ਵੀ ਭੜਕਾਤੀ ਅੱਛਾ ਉਹ ਕਹਿੰਦਾ ਮੈਂ ਕਰੋੜ ਰੁਪਇਆ ਲਾ ਦੂੰ ਇਲੈਕਸ਼ਨ ਤੇ ਸੁਪਨੇ ਬੜੇ ਵੱਡੇ ਆ ਯਾਰ ਕਹਿੰਦਾ ਸੀਐਮ ਸਾਹਿਬ ਦੇ ਨਾਲ ਦੀ ਕੋਠੀ ਚ ਹੀ ਲੈਣਾ ਆਦਾ ਜਦੋਂ ਉੱਥੇ ਐਮਐਲਏ ਨੂੰ ਕੋਠੀਆਂ ਨੀ ਮਿਲਦੀਆਂ ਕਹਿੰਦਾ ਉਸੇ ਕੋਠੀ ਚ ਬਹਿਣਾ ਆਦਾ ਬਸ ਤੇ ਜਾ ਕਹਿੰਦਾ ਝੁੱਗੀ ਲਾ ਕੇ ਥੋੜੀ ਆਦਾ ਕਿ ਇੱਥੇ ਭਲਾਈਆਣੇ ਵਾਲੀ ਦਾਣਾ ਮੰਡੀ ਚ ਬੈਠੋ ਇੱਥੇ ਬੈਠੂ ਹਾਂ ਇੱਥੇ ਆਦਾ ਜਿਹੜੇ ਨਾਥ ਨੀ ਬੈਠੇ ਜਾਂਦਾ ਕਹਿੰਦਾ ਉਹਨਾਂ ਦੇ ਨਾਲ ਹੀ ਬਿੱਲਾ ਚੱਲਿਆ ਕਰੂਗਾ ਜਾਂਦਾ ਲੀਡਰ ਕੋਈ ਵੀ ਨੀ ਮਾੜਾ ਹੁੰਦਾ ਜਿਹੜੇ ਲੀਡਰ ਦੇ ਮੂਹਰ ਦੇ ਚਮਚੇ ਹੁੰਦੇ ਹਨਾ ਉਹ ਮਾੜੇ ਹੁੰਦੇ ਆ ਪਿੰਡਾਂ ਵਾਲੇ ਹੁਣ ਜਿਵੇਂ ਮੈਂ ਤੈਨੂੰ ਕਿਹਾ ਵੀ ਬਾਈ ਰਾਜੇ ਵਿਣਕ ਨੇ ਰਾਜੇ ਨੂੰ ਤਾਂ ਨੀ ਨਾ ਪਤਾ ਵੀ ਆਪਾਂ ਟੂਟੀ ਲਵਾਉਣੀ ਸੀ ਇਹਨੇ ਹਾਂ ਜਾਂ ਗਲੀ ਬਣਾਉਣੀ ਜਾਂ ਗਲੀ ਬਣਾਉਣੀ ਸੀ ਜਾਂ ਲਾਈਟ ਲਾਉਣੀ ਸੀ ਉਹਦੇ ਕੋਲੇ ਤਾਂ ਅਕਸਰ ਸਾਰੇ ਪੰਜਾਬ ਲੈਵਲ ਦਾ ਕੰਮ ਆ ਹੁਣ ਇਹ ਜਾਂ ਤਾਂ ਚਾਹੀਦਾ ਸੀਗਾ ਜਿਹੜੇ ਪਿੰਡ ਵਾਲੇ ਬੰਦੇ ਆ ਜਾਂ ਉਹਦੇ ਪੀਏ ਨੂੰ ਚਾਹੀਦਾ ਸੀਗਾ ਜਿਹਦੀ ਇੱਥੇ ਡਿਊਟੀ ਆ ਜਾਂ ਜਿਵੇਂ ਹੋਰ ਕੋਈ ਜ਼ਿਲ੍ਹੇ ਦਾ ਚੇਅਰਮੈਨ ਆ ਜਾਂ ਕੋਈ ਕੋਈ ਧਾਰਾ ਰੱਖ ਲਾ ਯਾਰ ਚਾਹੀਦਾ ਤਾਂ ਉਹਨਾਂ ਨੂੰ ਚਾਹੀਦਾ ਚਾਹੀਦਾ ਲੀਡਰ ਕੋਈ ਨੀ ਮਾੜਾ ਹੁੰਦਾ ਲੀਡਰ ਬਾਦਲ ਵਾਲੇ ਨੀ ਮਾੜੇ ਸੀ ਬਾਦਲ ਵਾਲਿਆਂ ਦੇ ਵੀ ਚਮਚੇ ਮਾਰ ਗਏ ਉਹ ਥੱਲੇ ਵਾਲੇ ਚਮਚੇ ਮਾਰ ਗਏ ਹਾਂ ਉਹ ਚਮਚੇ ਕਿਵੇਂ ਮਾਰ ਗਏ ਚਮਚਿਆਂ ਨੇ ਬਈ ਪਿੰਡਾਂ 'ਚ ਪਰਚੇ ਪਾਉਣੇ ਸ਼ੁਰੂ ਕਰਤੇ ਲੀਡਰ ਵੀ ਕੰਨਾਂ ਦੇ ਕੱਚੇ ਨੀ ਨਾ ਬਣਨਾ ਚਾਹੀਦਾ ਹਾਂ ਇਹ ਅਸਲ ਮੈਂ ਨਾ ਲੀਡਰ ਨਹੀਂ ਮਾੜਾ ਹੁੰਦਾ ਲੀਡਰ ਦੇ ਚਮਚੇ ਮਾਰ ਜਾਂਦੇ ਆ ਉਹ ਯਾਰ ਇੱਕ ਗੱਲ ਆ ਆਪਣੇ ਹਲਕੇ ਨੂੰ ਇੰਨਾ ਕੁ ਤਾਂ ਚਾਹੀਦਾ ਡੈਂਪੀ ਦੀ ਤਾਂ ਯਾਰ ਗਊ ਗਾਰ ਚੋਂ ਕੱਢ ਦੇਣਾ ਐਤਕੀ ਬਹੁਤ ਚਿਰ ਹੋ ਗਿਆ ਯਾਰ ਤੀਜੀ ਵਾਰੀ ਹੈ ਹਾਂ ਤੀਜੀ ਵਾਰੀ ਬਈ ਅਗਲਾ ਪੰਚਾਇਤ ਮੈਂਬਰ ਨਹੀਂ ਉੱਠਦਾ ਤੀਜੀ ਵਾਰੀ ਐਮਐਲਏ ਉੱਠ ਖੜਾ ਤੇ ਪਰ ਇੱਕ ਗੱਲ ਆ ਯਾਰ ਜਿਹੜੀ ਚੌਧਰ ਐ ਮਿਲੀ ਹੋਵੇ ਨਾ ਜਮਾ ਲਕੀਰਾਂ ਕਢਾ ਕੇ ਸੱਤ ਨੀ 14 ਕਢਾ ਕੇ ਤੇ ਬੰਦਾ ਗਲਤ ਕੰਮ ਨੀ ਕਰਦਾ ਕੁਛ ਨਾ ਕੁਛ ਕਰੂਗਾ ਮੇਰੀ ਗੱਲ ਸੁਣੀ ਯਾਰ ਪੈਸਿਆਂ ਦੀ ਤਾਂ ਭੁੱਖ ਹੀ ਨੀ ਉਹਨਾਂ ਨੂੰ ਨਾ ਪੈਸੇ ਤਾਂ ਭੁੱਖੇ ਨੀ ਹੈਗੇ ਪੈਸੇ ਤਾਂ ਜਿਨ੍ਹਾਂ ਦੀ 200 ਬੱਸ ਚੱਲਦੀ ਉਹਨਾਂ ਕੋਲੇ ਕੀ ਨੀ ਹੋਊਗਾ 100-150 ਕਿੱਲਾ ਜ਼ਮੀਨ ਦਾ ਚੰਨੂ ਆ ਪਾਸੇ ਵੀ ਹੋਊਗੀ ਕਿਤੇ ਉਹਨਾਂ ਦਾ ਬਸ ਕਹਿੰਦੇ ਐਮਐਲਏ ਲਿਖਾਉਣਾ ਇੱਕ ਵਾਰੀ ਜਿਵੇਂ ਬਾਰ ਚ ਨੀ ਪਲੇਟ ਜੀ ਲੱਗੀ ਹੁੰਦੀ ਰੈਸਟੀਡੈਂਟ ਡੈਂਪੀ ਢਿੱਲੋ ਐਮਐਲਏ ਹਲਕਾ ਗਿੱਦੜਵਾ ਉਹੀ ਲਿਖਾਉਣਾ ਦੇ ਤੇ ਗੋਪੀ ਕੀ ਕਹਿੰਦਾ ਲੱਗ ਜੂਗੀ ਐਤਕੀ ਭਾਈ ਵੇਖੋ ਪਰਮਾਤਮਾ ਨੂੰ ਪਤਾ ਜਾਂ ਪਿੰਡਾਂ ਦੇ ਲੋਕ ਸ਼ਹਿਰ ਦੀ ਜਨਤਾ ਇਹ ਤਾਂ ਜਨਤਾ ਦੇ ਹੱਥ ਆ ਨਹੀਂ ਪਹਿਲਾਂ ਤਾਂ ਦੱਸ ਦਿੰਦਾ ਸੀ ਗੋਪੀ ਆ ਨਹੀਂ ਦੱਸਾਂਗੇ ਤਾਂ ਐਤਕੀ ਵੀ ਬਾਈ ਪਰ ਅਜੇ ਠਹਿਰ ਕੇ ਦੱਸਾਂਗੇ ਹਜੇ ਮੇਰੇ ਵੀ ਕੋਈ ਆਇਆ ਨੀ ਨਾ ਅੱਛਾ ਦਾ ਥੱਲੇ ਨੀ ਆਇਆ ਐਤਕੀ ਆਇਆ ਨੀ ਦੱਸਦੇ ਬਾਈ ਐ ਬੋਲਣ ਦਾ ਕੋਈ ਫਾਇਦਾ ਨੀ ਜਿਹੜੇ ਨੇ ਕੋਈ ਚੰਗੀ ਆਫਰ ਦਿੱਤੀ ਫਿਰ ਬੋਲਾਂਗੇ ਲੀਡਰ ਵਾਲਾ ਕੰਮ ਹੋ ਗਿਆ ਹੋਰ ਲੀਡਰ ਵਾਲਾ ਹੀ ਕਰਾਂਗੇ ਐਤਕੀ ਕੋਈ ਐਵੇਂ ਬਾਈ ਜਵਾਨ ਕਸਾਈ ਦਾ ਫਾਇਦਾ ਨੀ ਮਾੜਾ ਜਿਹਾ ਫਿਰ ਤੈਨੂੰ ਪਤਾ ਪਾਵਰ ਵੀ ਚਾਹੀਦੀ ਹੈ ਬੰਦੇ ਕੋਲੇ ਕਿ ਨਹੀਂ ਜਿਹੜੇ ਨੇ ਕੋਈ ਮਾੜਾ ਜਿਹਾ ਪਾਵਰ ਦਾ ਸੁਪਨਾ ਦਿੱਤਾ ਨਾ ਉਹਦੇ ਨਾਲ ਹੀ ਕਰਾਂਗੇ ਗੱਲ ਐਤਕੀ ਆਏ ਨੀ ਵੋਟ ਪਾਉਂਦੇ ਸਿੱਧੇ ਹੀ ਨੀ ਤੁਰਦੇ ਤੇ ਗੋਪੀ ਪ੍ਰਮੋਸ਼ਨਾਂ ਵੀ ਬਹੁਤ ਕਰਦੇ ਹੋ ਤੁਸੀਂ ਹਾਂ ਬਈ ਉਹ ਤਾਂ ਮੇਰੀ ਗੱਲ ਸੁਣ ਉਹ ਤਾਂ ਭਰਾਵਾਂ ਦਾ ਪਿਆਰ ਆ ਵੀ ਉਹਦੇ 'ਚ ਕਦੇ ਲਾਂਬਾ ਤਾਂ ਨਹੀਂ ਆਇਆ ਕਿਸੇ ਦਾ ਨਾ ਬਈ ਆਪਾਂ ਗਲਤ ਕੰਮ ਹੀ ਨਹੀਂ ਕਰਿਆ ਆਪਾਂ ਗਲਤ ਕੰਮ ਹੀ ਨਹੀਂ ਕਰਿਆ ਅਸੀਂ ਪ੍ਰਮੋਸ਼ਨ ਕਰੀ ਸੀ ਕਿਸਾਨ ਟਾਇਰ ਵਾਲੇ ਦੀ ਉਹਦੇ ਟਾਇਰ ਮਾੜੇ ਨਿਕਲ ਕੇ ਕੱਲੇ ਕੱਲੇ ਬੰਦੇ ਨੂੰ ਨਵੇਂ ਚੜਾ ਕੇ ਦਿੱਤੇ ਆ ਉਹ ਕਹਿੰਦਾ ਬਈ ਮੈਨੂੰ 43 ਲੱਖ ਦਾ ਘਾਟਾ ਪੈ ਗਿਆ ਮੈਂ ਕਿਹਾ ਬਾਈ ਜੀ ਤੈਨੂੰ ਭਾਵੇਂ ਕਰੋੜ ਦਾ ਘਾਟਾ ਪੈ ਜੇ ਮੈਂ ਕਿਹਾ ਸਾਡੀ ਇੱਜ਼ਤ ਦਾ ਸਵਾਲ ਆ ਮੈਂ ਕਿਹਾ ਕੱਲੇ ਕੱਲੇ ਬੰਦੇ ਦੇ 4 ਲੱਖ ਰੁਪਈਏ ਦਾ ਬਈ ਘਾਟਾ ਅਸੀਂ ਵੀ ਚਰਿਆ ਅਸੀਂ ਉਹਨੂੰ 4 ਲੱਖ ਰੁਪਈਆ ਦਿੱਤਾ ਮਾਲੀ ਮਦਦ ਮੈਂ ਕਿਹਾ ਜਦੋਂ ਪੈਸੇ ਹੋਏ ਉਦੋਂ ਮੋੜਦੀ ਪਰ ਮੈਂ ਕਿਹਾ ਯਾਰ ਕਿਸਾਨ ਆ ਕਿਸਾਨਾਂ ਦੇ ਸਿਰ ਤੇ ਕੁੱਲ ਜਹਾਨ ਰੋਟੀ ਖਾਂਦਾ ਤੇ ਮੈਂ ਕਿਹਾ ਤੂੰ ਇਹਨਾਂ ਨਾਲ ਧੋਖਾ ਨਹੀਂ ਕਰਨਾ ਤੇਰੀ ਸਾਰੀ ਉਮਰ ਦੀ ਰੋਟੀ ਆ ਤੂੰ ਦੁਕਾਨ ਤੇ ਸਿਰ ਤੇ ਰੋਟੀ ਖਾਣੀ ਆ ਚੱਲ ਠੀਕ ਆ ਮਗਰੋਂ ਫੈਕਟਰੀ 'ਚੋਂ ਮਾਲ ਮਾੜਾ ਆ ਗਿਆ ਕੱਲੇ ਕੱਲੇ ਬੰਦੇ ਦਾ ਬਈ ਟਾਇਰ ਉਹ ਲਵਾ ਕੇ ਬਿਨਾਂ ਕਸਾਈ ਕੱਟੇ ਕੋਈ ਮਾੜੀ ਮੋਟੀ ਤਾਂ ਭਾਵੇਂ ਕੱਟੀ ਹੋਵੇ ਜੇ ਕਿਸੇ ਦੇ ਬਾਹਲਾ ਨੁਕਸਾਨ ਸੀ ਹੋਰ ਭਾਵੇਂ ਕੰਪਨੀ ਦਾ ਕਿਸੇ ਨੇ ਟਾਇਰ ਪਾਉਣਾ ਹੀ ਭਾਵੇਂ ਉਸੇ ਕੰਪਨੀ ਦਾ ਟਾਇਰ ਪਾ ਕੇ ਦਿੱਤੇ ਉਹਨੇ ਵਾਜਾ ਮਾਰ ਮਾਰ ਕੇ ਟਾਇਰ ਪਾ ਕੇ ਕਹਿੰਦਾ ਮਤਲਬ ਇਹ ਹੈ ਜੇ ਤੁਸੀਂ ਇੱਕ ਹਨਾ ਕੋਈ ਤੁਹਾਨੂੰ ਦੇਖ ਰਿਹਾ ਹਨਾ ਤੁਹਾਡੇ ਤੇ ਵਿਸ਼ਵਾਸ ਕਰ ਰਿਹਾ ਤਾਂ ਤੁਸੀਂ ਉਹਦੇ ਨਾਲ ਧੋਖਾ ਨਾ ਕਰੋ ਨਹੀਂ ਧੋਖਾ ਬਈ ਆਪਾਂ ਹੋਣ ਹੀ ਨਹੀਂ ਦਿੱਤਾ ਹੁਣ ਉਹਦੇ ਕਈ ਐਂਟੀ ਪਾਈ ਗਏ ਵੀਡਗੋ ਹੋਰ ਚੈਨਲਾਂ ਵਾਲੇ ਉਹਦੇ ਚ ਵੀ ਸਿਆਸਤ ਸੀਗੀ ਹੋਰ ਦੁਕਾਨਾਂ ਵਾਲੇ ਪਵਾਉਂਦੇ ਹੋਣੇ ਆ ਮੈਨੂੰ ਪੱਕਾ ਹੀ ਪਤਾ ਪਰ ਇੰਨੀ ਗੱਲ ਆ ਬਈ ਮੈਂ ਇੱਕ ਹੀ ਵੀਡਗੋ ਪਾਈ ਉੱਥੇ ਜਾ ਕੇ ਮੈਂ ਕਿਹਾ ਵੀ ਆ ਜਾਓ ਟਾਇਰ ਪਵਾ ਲਓ ਇਹ ਤੋਂ ਤੇ ਉਹਦੀ ਮੈਂ ਬਾਹ ਨੂੰ ਚਾੜ ਲਿਆ ਵੱਟ ਕਿਸਾਨ ਵਾਲੇ ਨੂੰ ਬਾਦਲ ਦੇ ਨੂੰ ਮੈਂ ਕਿਹਾ ਵੀ ਚੁੱਪ ਕਰਕੇ ਸਾਰਿਆਂ ਦੇ ਟਾਇਰ ਬਦਲ ਦੇ ਨਹੀਂ ਮੈਂ ਕਿਹਾ ਕਿਸਾਨ ਯੂਨੀਅਨ ਦੇ ਧਰਨੇ 'ਚ ਮੈਂ ਬੈਠੂੰਗਾ ਨਾਲ ਤੇ ਨਹੀਂ ਚਾਹੀਦਾ ਫਿਰ ਉਹ ਚਾਹੀਦਾ ਹਾਂ ਤੇ ਕਈ ਬਈ ਜਾਲੀ ਕਿਸਾਨ ਯੂਨੀਅਨ ਵਾਲੇ ਆਪਦੇ ਨੰਬਰ ਬਣਾਉਣ ਦੇ ਮਾਰੇ ਵੀ ਵੀਡੀਓ ਪਾਉਂਦੇ ਸੀਗੇ ਪਰ ਆਪਾਂ ਬਈ ਕਦੇ ਅੱਜ ਤੱਕ ਗਲਤ ਕੰਮ ਨਹੀਂ ਕਰਿਆ ਜਿੱਥੇ ਸਹੀ ਆ ਨਾਲ ਖੜੇ ਆ ਬੰਦੇ ਦੇ
ਠੀਕ ਹੈ ਗੋਪੀ ਧੰਨਵਾਦ ਤੇਰਾ ਧੰਨਵਾਦ ਬਾਈ ਤੇਰਾ ਵੀ ਬਹੁਤ ਬਹੁਤ ਰਣਜੀਤ ਤੂੰ ਇੰਨਾ ਸਮਾਂ ਕੱਢਿਆ ਆਇਆ ਆਪਣੇ ਕੋਲੇ ਬਾਕੀ ਬਾਈ ਕੋਈ ਗੱਲ ਨੀ ਹਰੇਕ ਲੀਡਰ ਆਪਾਂ ਨੂੰ ਹਰਮਨ ਪਿਆਰਾ ਆਪਾਂ ਆਪਦੀਆਂ ਤੈਨੂੰ ਸੱਚੀਆਂ ਗੱਲਾਂ ਦੱਸੀਆਂ ਵੀ ਆਪਣੇ ਨਾਲ ਆਏ ਹੋਇਆ ਰਾਜਾ ਨੀ ਮਾੜਾ ਬੰਦਾ ਰਾਜੇ ਦੇ ਜਿਹੜੇ ਮੂਹਰਲੇ ਚਮਚੇ ਸੀਗੇ ਉਹ ਮਾੜੇ ਸੀਗੇ ਠੀਕ ਹੈ ਨਾ ਆਪਣਾ ਕੰਮ ਇੱਕ ਵੀ ਨੀ ਹੋਇਆ ਪਰ ਹਾਂ ਵੀ ਮੰਨ ਕੇ ਚੱਲ ਆਪਾਂ ਬੰਦੇ ਦਾ ਦਿਲੋਂ ਸਤਿਕਾਰ ਕਰਦੇ ਹਾਂ ਠੀਕ ਆ ਹਾਂ ਤੇ ਬਾਕੀ ਬਾਈ ਕੋਈ ਗੱਲ ਨੀ ਜਦੋਂ 8-7 ਕੁ ਦਿਨ ਰਹਿ ਗਏ ਨਾ ਜਿਵੇਂ ਤੈਨੂੰ ਦੱਸ ਦਿਆਂਗੇ ਆਪਾਂ 8 ਤਰੀਕ ਨੂੰ ਤੇਰੇ ਚੈਨਲ ਤੇ ਪਾ ਦਿਆਂਗੇ ਵੀ ਸ੍ਰਿਸ਼ਟੀ ਕਿਹਨੂੰ ਕਹਿੰਦੀ ਆ ਬੋਲਣੋਂ ਨੀ ਆਪਾਂ ਹਟਦੇ ਹਾਂ ਪਰ ਇੱਕ ਗੱਲ ਆ ਬਾਈ ਹਲਕਾ ਮੇਰਾ ਆਪਦਾ ਬੋਲੂ ਉਸੇ ਬੰਦੇ ਦੇ ਹੱਕ ਚ ਜਿਹਨੂੰ ਟਿਕਟ ਤੇ ਐਮਐਲਏ ਲਿਖਦਾ ਹੋਇਆ ਦੂਜੇ ਗੁੱਸਾ ਨਾ ਕਰਨ ਨਹੀਂ ਸਹੀ ਆ ਉਹ ਤਾਂ ਹਨਾ ਵੀ ਦੂਜੇ ਸਵੇਰੇ ਆਖਣ ਤੂੰ ਮੇਰੇ ਅੱਗੇ ਬਾਈ ਬਠਿੰਡੇ ਤੇ ਹੋਈ ਆ ਜਦੋਂ ਮੈਂ ਬੀਬਾ ਜੀ ਦੇ ਹੱਕ ਚ ਪਾਤਾ ਮੈਂ ਕਿਹਾ ਵੀ ਸ੍ਰਿਸ਼ਟੀ ਕਹਿੰਦੀ ਹਰਸਿਮਰਤ ਕੌਰ ਨੀ ਹਰਦੀ ਮੈਨੂੰ ਬਾਈ ਲੱਖੇ ਦੇ ਬੰਦੇ ਵੀ ਫੋਨ ਕਰੀ ਗਏ ਜੀਤਮਿੰਦਰ ਸਿੱਧੂ ਦੇ ਵੀ ਫੋਨ ਕਰੀ ਗਏ ਜੀਤਮਿੰਦਰ ਸਿੱਧੂ ਦੇ ਬੰਦੇ ਜਿਹੜੇ ਮੇਰੇ ਖਾਸ ਦੋਸਤ ਸੀ ਆਪਣੀ ਜੀਤਮਿੰਦਰ ਸਿੱਧੂ ਨਾਲ ਵੀ ਵਧਗਾ ਬਾਈ ਨਾਲ ਇੱਕ ਮੇਰਾ ਭਰਾ ਬਾਈ ਸੁਖਬੀਰ ਚੱਠਾ ਤਲਵੰਡੀ ਵਾਲਾ ਉਹ ਜੀਤਮਿੰਦਰ ਸਿੱਧੂ ਦਾ ਰਾਈਟ ਹੈਂਡ ਆ ਠੀਕ ਆ ਤੇ ਉਹ ਆਪਣਾ ਵੀ ਰਾਈਟ ਹੈਂਡ ਆ ਉਹਦੇ ਨਾਲ ਕੀ ਹੋਈ ਮੈਨੂੰ ਕਹਿੰਦਾ ਬਈ ਤੇਰੀ ਬੀਬਾ ਤਾਂ ਗਈ ਆ ਤੇਰੀ ਸ੍ਰਿਸ਼ਟੀ ਤਾਂ ਐਤਕੀ ਝੂਠੀ ਪਊ ਮੈਂ ਕਿਹਾ ਬਈ ਇਹ ਸ੍ਰਿਸ਼ਟੀ ਨੀ ਝੂਠੀ ਪੈਂਦੀ ਮੈਨੂੰ ਕਹਿੰਦਾ ਲੱਗ ਗਈ ਸ਼ਰਤ ਮੈਂ ਕਿਹਾ ਕਾਹਦੀ ਦੱਸ ਕਹਿੰਦਾ ਜੇ ਤਾਂ ਗੋਪੀ ਬੀਬਾ ਜਿੱਤ ਗਈ ਤਾਂ ਭਾਵੇਂ ਇੱਕ ਦੀਆਂ ਵੀ ਦੋ ਘੋੜੀਆਂ ਫ੍ਰੀ ਲੈ ਜੀ ਮਿਲਾ ਕੇ ਉਹਦੇ ਕੋਲੇ ਰਾਜ ਰੂਪ ਘੋੜਾ ਠੀਕ ਹੈ ਤੇ ਜੇ ਕਹਿੰਦਾ ਬਈ ਬਾਈ ਜੀਤਮਿੰਦਰ ਸਿੱਧੂ ਜਿੱਤ ਗਿਆ ਤੇ ਕਹਿੰਦਾ ਮੈਂ ਵੀਡੀਓ ਆਪਦੇ ਮਨ ਨਾਲ ਕਰਾਉ ਘੋੜੇ ਦੀਆਂ ਭਾਵੇਂ 3 ਕਰਾਵਾਂ ਠੀਕ ਹੈ ਮੈਂ ਕਿਹਾ ਜਾ ਯਾਰ ਮੈਂ ਕਿਹਾ ਬਾਈ ਚੱਠਾ ਸਾਹਿਬ ਤੇਰੇ ਨਾਲ ਵੀ ਯਾਰੀ ਹੈ ਜਾ ਮੈਂ ਕਿਹਾ ਹੋ ਗਈ ਸ਼ਰਤ ਪਰ ਬਾਈ ਸਦਕੇ ਜਾਵਾਂ ਮੈਂ ਉਹ ਬੰਦੇ ਦੇ ਬੰਦੇ ਨੇ ਮੈਨੂੰ 3 ਵਾਰੀ ਫੋਨ ਕਰਤਾ ਕਹਿੰਦਾ ਬਾਈ ਤੇਰੀ ਸ਼ਰਤ ਦੇਣੀ ਘੋੜੀਆਂ ਘੱਲ ਲਾ ਤਾਂ ਭਾਵੇਂ ਕਿਸੇ ਯਾਰ ਮਿੱਤਰ ਦੀਆਂ ਮਿਲਾ ਦੇ ਘੋੜੀ ਲੈ ਜਾ ਮਿਲਾ ਕੇ ਅੱਛਾ ਮੈਂ ਕਿਹਾ ਕੋਣੀ ਚੱਠਾ ਸਾਹਿਬ ਮੈਂ ਕਿਹਾ ਇੱਥੇ ਖੜਾ ਘੋੜਾ ਵੀ ਮੇਰੇ ਹੀ ਆ ਇੰਨਾ ਮਾਣ ਹੁੰਦਾ ਬਾਈ ਭਰਾਵਾਂ ਤੇ ਉਹ ਹੁੰਦੀਆਂ ਸ਼ਰਤਾਂ ਵੀ ਦੋ ਭਰਾਵਾਂ ਦੀ ਵੇਖ ਲਾ ਫੋਨ ਤੇ ਹੀ ਸ਼ਰਤ ਲੱਗੀ ਅੱਜ ਵੀ ਬੰਦੇ ਨੇ ਮੈਨੂੰ 3 ਫੋਨ ਕਰੇ ਸਟੈਂਡ ਆ ਉਹ ਬੰਦਿਆਂ ਦਾ ਸੂਰਮੇ ਬੰਦੇ ਆ ਉਹ ਚਾਹੀਦਾ ਸਟੈਂਡ ਰੱਖਣਾ ਚਾਹੀਦਾ ਵੀ ਬੰਦਾ ਵੇ ਮੇਰੀ ਗੱਲ ਸੁਣ ਫੋਨ ਤੇ ਗੱਲ ਹੋਈ ਸੀ ਉਹ ਐ ਵੀ ਆ ਸਕਦਾ ਸੀ ਕਿਹੜੀ ਘੋੜੀ ਮਿਲਾਉਣੀ ਕਿਹੜਾ ਘੋੜਾ ਕਿਵੇਂ ਕਿਹੜੀ ਵੀਡੀਓ ਬੰਦੇ ਨੇ 3 ਵਾਰੀ ਫੋਨ ਕਰਤਾ ਮੈਨੂੰ ਮੈਂ ਕਿਹਾ ਬਾਈ ਕੋਈ ਗੱਲ ਨੀ ਤੇਰਾ ਘੋੜਾ ਕੀ ਮੇਰਾ ਕੀ ਭਰਾਵਾਂ ਦਾ ਕੁਛ ਵੰਡਿਆ ਹੁੰਦਾ ਆਪਾਂ ਬਾਈ ਰਣਜੀਤ ਆ 34 ਸਾਲ ਉਮਰ ਹੋ ਗਈ ਆਪਾਂ ਅੱਜ ਤੱਕ ਯਾਰੀਆਂ ਹੀ ਕਮਾਈਆਂ ਬਹੁਤ ਘਾਟੇ ਵੀ ਖਾਧੇ ਆ ਕਈ ਬੰਦੇ ਇਹੋ ਜਿਹੇ ਵੀ ਆ ਜਿਹੜੇ ਨਾਲ ਰਹਿ ਕੇ ਲਾਹਾ ਖੱਟ ਗਏ ਤੇ ਮਗਰੋਂ ਪਿੱਠ ਪਿੱਛੇ ਨਿੰਦੇ ਵੀ ਆ ਪਰ ਆਪਾਂ ਅੱਜ ਤੱਕ ਨਿੰਦਿਆ ਨੀ ਕਿਸੇ ਨੂੰ ਨਹੀਂ ਚਾਹੀਦਾ ਬਾਈ ਜੇ ਸਪਸ਼ਟ ਆ ਜੇ ਗੱਲ ਜਿਹਦੇ ਨਾਲ ਬਾਈ ਇੱਕ ਵਾਰੀ ਰੋਟੀ ਖਾ ਲਈ ਉਹਨੂੰ ਭਰਾ ਹੀ ਮੰਨਿਆ ਹਾਂ ਅਗਲਾ ਭਾਵੇਂ ਲਾਹਾ ਲੈ ਕੇ ਮੁੜ ਕੇ ਮਗਰੋਂ ਫੋਨ ਵੀ ਨੀ ਲਾਉਂਦਾ ਉਹ ਗੱਲ ਆ ਵੱਖਰੀ ਪਰ ਆਪਾਂ ਜਿਹਦਾ ਕਰਿਆ ਦਿਲੋਂ ਹੀ ਕਰਿਆ ਠੀਕ ਹੈ ਭਾਵੇਂ ਤਾਂ ਬਾਈ ਉਹ ਚੱਲ ਕੇ ਕੋਈ ਜੋਗੀ ਆ ਗਿਆ ਮੰਡੀ ਚੋਂ ਤੇ ਭਾਵੇਂ ਕਿੱਡਾ ਵੱਡਾ ਲੀਡਰ ਆ ਗਿਆ ਆਪਾਂ ਨੂੰ ਸਾਰੇ ਇੱਕੋ ਜਿਹੇ ਬਰਾਬਰੀ ਹੈ ਬਰਾਬਰੀ ਆ ਬਾਈ ਬਰਾਬਰੀ ਰੱਖਣਾ ਚਾਹੀਦਾ ਅਫਵਾਹਾਂ ਤੋਂ ਬਚੋ ਜਿਹੜੇ ਬੰਦੇ ਬਈ ਯੂਟਿਊਬ ਤੇ ਉਹੀ ਮੇਰੀ ਨਿੰਦੇ ਹੀ ਕਰੀ ਜਾਂਦੇ ਇਕੱਲੀ ਕਦੇ ਆਪਣੇ ਨਾਲ ਬਹਿ ਕੇ ਵਿਚਾਰ ਵਟਾਂਦਰਾ ਕਰਕੇ ਫੇਰ ਦੱਸਣ ਵੀ ਬੰਦਾ ਕਿਹੋ ਜਿਹਾ ਠੀਕ ਹੈ ਹਾਂ ਤੇ ਚਲੋ ਬਾਈ ਗੋਪੀ ਦੇ ਨਾਲ ਗੱਲਬਾਤ ਕੀਤੀ ਹੈ ਗਿੱਦੜਬਾਹਾ ਹਲਕੇ ਦੀ ਸਿਆਸਤ ਨੂੰ ਲੈ ਕੇ ਗੱਲਬਾਤ ਕੀਤੀ ਹੈ ਤੇ ਬਾਈ ਅੱਜ ਕਹਿੰਦੇ ਮਿਲਣਾ ਤੇ ਆਪਾਂ ਇਹਨਾਂ ਕੋਲ ਆਏ ਹਾਂ ਸਮਾਂ ਕੱਢਿਆ ਧੰਨਵਾਦ ਬਾਈ ਧੰਨਵਾਦ ਤੇ ਸ਼ੁਕਰੀਆ ਜੁੜੇ ਰਹੋ ਸੱਚ ਪੈਂਦਾ।